ਦਿਸਦੀ ਵੀ ਨਹੀਂ ਚੁੱਲ੍ਹੇ ਕੋਲੇ ਕਿੱਧਰ ਭੱਗ ਗਈ ਇਹ ਲੈ ਦੇਖ ਲੈ ਕਿਵੇਂ ਤਾਂ ਭਾਂਡੇ ਛੱਡੇ ਪਏ ਨੇ ਸਿੰਕ ਚ ਨਾ ਇੱਥੇ ਪੋਚਾ ਲਾਇਆ ਆ ਦਹੀਂ ਡੁੱਲੀ ਪਈ ਹੈ ਕੀ ਹੋ ਗਿਆ ਕੱਲੀ ਬੋਲੀ ਜਾਂਦੀ ਹੈ ਕੱਲੀ ਕਾਹਨੂੰ ਬੋਲੀ ਜਾਂਦੀ ਹੈ ਬੇਬੇ ਉਹ ਜਿਹੜੀ ਤੇਰੀ ਚਮੜਾਈ ਹੋਈ ਹੈ ਲਾਡਲੀ ਉਹਨੇ ਕੀ ਕਰਤਾ ਸਾਰਾ ਕੁਛ ਉਹਦਾ ਹੀ ਹੈ ਬੇਬੇ ਉਹ ਵੇਖ ਲੈ ਕੰਮ ਕਿਵੇਂ ਛੱਡੇ ਪਏ ਨੇ ਨਾਲ ਤਾਂ ਭਾਂਡੇ ਪਏ ਨੇ ਜੁੱਠੇ ਨਾ ਰਸੋਈ ਚ ਕੋਈ ਪੋਚਾ ਪੋਚਾ ਲਾਇਆ ਉਹ ਦਹੀਂ ਡੁੱਲੀ ਪਈ ਇਹਨੇ ਨੀ ਅੱਜ ਨਾ ਤੂੰ ਕਰ ਲੈ ਉਹਦਾ ਚਿੱਤ ਢਿੱਲਾ ਹੋਇਆ ਪਿਆ ਬਿਮਾਰ ਹੋਈ ਪਿਆ ਤਾਂ ਲੈ ਅੱਕੇ ਤੂੰ ਕਰ ਲੈ ਮੈਂ ਹੁਣ ਉਧਰ ਪਸ਼ੂਆਂ ਮੰਨੀ ਆਈ ਆ ਪਾਣੀ ਤਾਂ ਨਹੀਂ ਪਿਆ ਕੇ ਮੈਂ ਕਿੰਨਾ ਕੁ ਕਰੀ ਜਾਵਾਂ ਨਾ ਮਾੜੇ ਸਿਰ ਕੀ ਦੁਖਣ ਲੱਗ ਗਿਆ ਉਹਦਾ ਉਹ ਪਾਤੀ ਝੱਟ ਨਾਲ ਪੈ ਅੰਦਰ ਵੀ ਫਿਰ ਦੁਖਦਾ ਹੈ ਚੱਕਰ ਟੁੱਕਰ ਲੱਗ ਜਾਣੀ ਉੱਤੋਂ ਗਰਮੀ ਇੰਨੀ ਤੂੰ ਆਪ ਹੀ ਸੋਚ ਲਾ ਨਿਆਣੀ ਆ ਫਿਰ ਵੀ ਨਾ ਹਲੇ ਨਿਆਣੀ ਹੈ ਬੇਬੇ 15-16 ਸਾਲ ਦੀ ਉਹਦੀ ਧੀ ਹੋ ਰਹੀ ਹੈਗੀ ਹਲੇ ਤੈਨੂੰ ਨਿਆਣੀ ਹੀ ਲੱਗਦੀ ਆ ਉਹ ਅੜੀਏ ਮੈਨੂੰ ਤਾਂ ਤੂੰ ਹੀ ਹਜੇ ਨਿਆਣੀ ਹੈ ਤੇ ਉਹ ਤਾਂ ਹੈ ਹੀ ਨਿਆਣੀ ਮੈਨੂੰ ਤਾਂ ਸਾਰੇ ਨਿਆਣੇ ਹੀ ਲੱਗਦੇ ਆ ਭਾਈ ਮੈਨੂੰ ਤਾਂ ਕੋਈ ਨਹੀਂ ਵੱਡਾ ਦਿੰਦਾ ਹੈਗਾ ਜੇ ਮੈਥੋਂ ਛੋਟੀ ਹੋ ਨਾ ਤੁਸੀਂ ਨਿਆਣੀਆਂ ਹੀ ਲੱਗਦੀਆਂ ਕੰਮ ਕੋਈ ਨਹੀਂ ਬੋਝ ਬਚਾ ਕੇ ਤੂੰ ਕਰ ਲਾ ਨਾ ਕਰੀ ਬਾ ਥੋੜਾ ਕਰ ਲਈ ਬੇਬੇ ਤੂੰ ਨਾ ਸਾਰੇ ਟੱਬਰ ਨੂੰ ਚਮੜਾ ਰੱਖਿਆ ਮੈਂ ਤੈਨੂੰ ਦੱਸਾਂ ਮੈਨੂੰ ਤੇਰੇ ਤੇ ਬਹੁਤ ਗੁੱਸਾ ਚੜਦਾ ਹੈ ਅਖੇ ਮੈਨੂੰ ਤੇਰੇ ਤੇ ਗੁੱਸਾ ਚੜਦਾ ਕੀ ਚਮੜਾ ਤਾਂ ਮੈਂ ਤਾਂ ਦੱਸ ਦੇ ਤੇ ਚਮੜਾ ਆਈ ਹੈ ਤੂੰ ਉਹਨੂੰ ਕਹਿ ਨਹੀਂ ਸਕਦੀ ਸੀ ਵੀ ਭਾਈ ਤੇਰੀ ਮੰਮੀ ਉਧਰ ਪਸ਼ੂਆਂ ਦਾ ਕਰਦੀ ਹੈ ਤੇ ਚੌਂਕੇ ਦਾ ਕੰਮ ਨਿਮੇੜ ਦੇ ਰੋਜ਼ ਹੀ ਕਰਦੀ ਸੀ ਕਿ ਨਾ ਅੱਜ ਉਹਦਾ ਦੁਖਦਾ ਮੈਂ ਕਿਵੇਂ ਕਹਿ ਦਿਆਂ ਤੇ ਗੱਲ ਪੈ ਜਾਵਾਂ ਕਰਦੀ ਸੀਗੀ ਅੱਗੇ ਵੀ ਆਪ ਨੂੰ ਡਿਬ ਡਿਬ ਕਰਨੇ ਪੈਂਦੇ ਨੇ ਨਾਲ ਧੰਦੇ ਅੱਜ ਤਾਂ ਜਮੀ ਛੱਡ ਕੇ ਪੈ ਗਈ ਜੋ ਤੇਰਾ ਆਪ ਦਾ ਦੁਖਦਾ ਹੁੰਦਾ ਕਮਲ ਉਦੋਂ ਕਿਵੇਂ ਸਿਰ ਸੱਟ ਕੇ ਪਾ ਜਾਨੀ ਮੈਂ ਕਦੇ ਬੋਲੀ ਸੀ ਵੀ ਦੁਖਦਾ ਇੱਕੋ ਜਿਹਾ ਹੁੰਦਾ ਸਾਰਾ ਜਾਣਨਾ ਚਾਹੀਦਾ ਵੀ ਆਹ ਨੂੰ ਤਕਲੀਫ ਪੈ ਗਈ ਐਵੇਂ ਨਹੀਂ ਪਈ ਤੂੰ ਨਹੀਂ ਬੇਬੇ ਮੇਰੇ ਪਾਪ ਲੱਗਣ ਦਿੰਦੀ ਤੈਨੂੰ ਤਾਂ ਪਤਾ ਨਹੀਂ ਉਹਨੇ ਕੀ ਗੁਰਤੀ ਸੰਘਾਈ ਹੈਗੀ ਲੈ ਦੇਖ ਲਾ ਉਹ ਗੁਰਤੀ ਸੰਘਾਈ ਆ ਮੈਨੂੰ ਇੰਨੀ ਕਿਤਾ ਅਕਲ ਹੈਗੀ ਆ ਵੀ ਜੇ ਦੁਖਦਾ ਕਿਹਦਾ ਕਰ ਲੋ ਆਪ ਕੁਛ ਨਹੀਂ ਹੁੰਦਾ ਹੈਗਾ ਤੇਥੋਂ ਨਹੀਂ ਹੁੰਦਾ ਮੈਂ ਆਪ ਕਰ ਲੈਣੇ ਭਈ ਡਿੱਗਦੀ ਪੈਂਦੀ ਹੋਰ ਦੱਸ ਬਸ ਆ ਮਰੋੜਾ ਦੇ ਰਿਆ ਕਰ ਹੋਰ ਕੋਈ ਗੱਲ ਨਹੀਂ ਹੈਗੀ ਤੇਰੇ ਕੋਲੇ ਮਰੋੜਾ ਕਹਿੰਦਾ ਸੱਚੀ ਗੱਲ ਹੈਗੀ ਦੁਖਦਾ ਸੁਖਦਾ ਤੇ ਮਾਰਨਾ ਨਾ ਕੋਈ ਫਾਇਦਾ ਨਹੀਂ ਦੁਖਦਾ ਸੁਖਦਾ ਸਮਝਣਾ ਚਾਹੀਦਾ ਕੋਈ ਐ ਤਾਂ ਨਹੀਂ ਆਈ ਜੋ ਬਗਾਨੀ ਤੇ ਉਹਦਾ ਦੁਖਦਾ ਨਹੀਂ ਮੰਨਣਾ ਚਾਹੀਦਾ ਦੁਖਦਾ ਉਹਦਾ ਤਾਂ ਪਈ ਆ ਉਹ ਤਾਂ ਉਹੀ ਨਹੀਂ ਜਲਦੀ ਕੰਮ ਤੋਂ ਐਵੇਂ ਕਹੀ ਜਾਵਾਂ ਮੈਂ ਮੰਮੀ ਮੰਮੀ ਓ ਮਾਂ ਹਾਂ ਹੋ ਗਿਆ ਕੁਛ ਨਹੀਂ ਮੇਰੇ ਤਾਂ ਸਿਰ ਦੁਖੀ ਜਾਂਦਾ ਹੈਗਾ ਆ ਗਈ ਹੋਰ ਅਕਲ ਗਰਮੀ ਬਾੜੀ ਤੇ ਤਾਂ ਮੌਜਾਂ ਨਾ ਪਈਆਂ ਏਸੀ ਲਾਗੇ ਅਕਲ ਮੌਜਾਂ ਨਾ ਪਈਆਂ ਹੋਰ ਤੇ ਹੁਣ ਤੂੰ ਆਲੇ ਪੜਾਈ ਦਾ ਕਰਨੀ ਆ ਫਿਰ ਕਿ ਮੌਜਾਂ ਨਾ ਪਈ ਫਿਰ ਘਰੇ ਬਹਿ ਜਾ ਜੇ ਨਹੀਂ ਜਾਣਾ ਤੇ ਰੋਟੀ ਰੋਟੀ ਉਹ ਤੇ ਦਾਦੀ ਨੇ ਬਣਾ ਰੱਖੀ ਹੋਣੀ ਆ ਤੂੰ ਨਹੀਂ ਬਣਾਈ ਮੈਂ ਤਾਂ ਤੜਕੇ ਦੀ ਪਈ ਆ ਮੇਰੇ ਸਿਰ ਦੁਖੀ ਜਾਂਦਾ ਹੈਗਾ ਰੋਟੀ ਤਾਂ ਦੱਸ ਨਾ ਤੂੰ ਮੈਨੂੰ ਬਣਾ ਕੇ ਦੋ ਦੀਆਂ ਤੜਕੇ ਨਾ ਵੀ ਤੜਕੇ ਵੀ ਖਾ ਜਾ ਕਰ ਤੇ ਨਾ ਕੌਣ ਮੱਥਾ ਮਾਰੇ ਆ ਕੀ ਆਏ ਪੈ ਜਾਨੀ ਮੈਂ ਤਾਂ ਛੇਜ ਦੁਖ ਜਾ ਦਾਦੀ ਦਾ ਉਧਰ ਪਸੋਦਾ ਕਰਦੀ ਹੁੰਦੀ ਹੈਗੀ ਤੁਸੀਂ ਰੋਟੀ ਰਾਟੀ ਤਾਂ ਬਣਾ ਦਿਆ ਕਰੋ ਅੱਜ ਹੀ ਨਹੀਂ ਮੈਂ ਉੱਠੀ ਹਲਾ ਅੱਜ ਹੀ ਸਾਰੇ ਕੰਮ ਪਏ ਨੇ ਸਾਰੇ ਆਏ ਹੋਏ ਪਏ ਨੇ ਅੱਕੇ ਪਏ ਨੇ ਵੀ ਕੰਮ ਸਾਨੂੰ ਕਰਨੇ ਪੈ ਗਏ ਬੰਦਾ ਬਿਮਾਰ ਹੁੰਦਾ ਹੈਗਾ ਤਾਂ ਨਹੀਂ ਉੱਠਿਆ ਗਿਆ ਮੰਮੀ ਸਾਰੇ ਤਾਂ ਕੌਣ ਦਾਦੀ ਵਰਗੇ ਹੁੰਦੇ ਨੇ ਉਹ ਵੀ ਅਗਲੇ ਉਧਰ ਉਧਰਲਾ ਕੰਮ ਕਰਦੇ ਰਹਿੰਦੇ ਹੁਣ ਉਹ ਕਿੰਨਾ ਕਰੀ ਜਾਣੇ ਇਧਰ ਮੈਂ ਕਿਹੜੇ ਸੌਂਕ ਨੂੰ ਪਈ ਸੀ ਚੱਲ ਕੋਈ ਨਾ ਮੈਂ ਤਾਂ ਆਪ ਹੀ ਬਣਾ ਕੇ ਖਾ ਲੈਣੀ ਆ ਤੇਰੇ ਤਾਂ ਬੜੇ ਹੋਏ ਨੇ ਤੂੰ ਐਡੀ ਸਾਰੀ ਹੋਣੀ ਰੋਟੀ ਬਣਾ ਕੇ ਨਹੀਂ ਖਾ ਸਕਦੀ ਬਣਾ ਕੇ ਖਾ ਲੂ ਮੈਂ ਮੈਂ ਤੇਰੀ ਦਾਦੀ ਨਾਲ ਮਾੜਾ ਮੋਟਾ ਹੱਥ ਵਟਾ ਦੇ ਕੰਮ ਧੰਦਾ ਕਰ ਲਓ ਡੰਗਰਾਂ ਦਾ ਕਰਦੀ ਏ ਜੇ ਤੁਸੀਂ ਨਾ ਉੱਠਿਓ ਮੇਰਾ ਸਿਰ ਦੁਖੀ ਜਾਂਦਾ ਗੋਲੀ ਲੈ ਕੇ ਪਈ ਸੀ ਉਹ ਮੈਡਮ ਉਹ ਕੁੜੀ ਭੁੱਖੀ ਤੁਰੀ ਫਿਰਦੀ ਆ ਉਹਨੂੰ ਕੋਈ ਦੋ ਰੋਟੀਆਂ ਲਾ ਦਿੰਦੀ ਲੈ ਤੁਹਾਨੂੰ ਪਤਾ ਤਾਂ ਹੈਗਾ ਵੀ ਮੇਰਾ ਸਿਰ ਦੁਖੀ ਜਾਂਦਾ ਫਿਰ ਕਿਉਂ ਕਹੇ ਤੁਸੀਂ ਦੋ ਰੋਟੀਆਂ ਲਾ ਦੋਗੇ ਅੱਛਾ ਮੈਂ ਪਸ਼ੂਆਂ ਦਾ ਵੀ ਕਰਾਂ ਮੈਂ ਚੁੱਲ੍ਹਾ ਵੀ ਸਾਂਭਾ ਹੈ ਫਿਰ ਮੈਂ ਤੇਥੋਂ ਕੀ ਕਰਾਉਣਾ ਮੈਨੂੰ ਐ ਦੱਸ ਮੈਂ ਅੱਜ ਹੀ ਪਈ ਆ ਉਹ ਵੀ ਸਿਰ ਦੁਖਦਾ ਸੀ ਤਾਂ ਹੋਰ ਅੱਗੇ ਤਾਂ ਤੂੰ ਬੜਾ ਘਾਰੇ ਚਿਣਦੀ ਐ ਜਿਹੜਾ ਤੂੰ ਅੱਜ ਹੀ ਪਈ ਐ ਬੇਬੇ ਘਾਰੇ ਗੁਰੇ ਤਾਂ ਨਹੀਂ ਮੈਥੋਂ ਚਿਣੇ ਜਾਂਦੇ ਜਿਹੜੀ ਘਾਰੇ ਚਿੰਦੀ ਆ ਫਿਰ ਉਹਨੂੰ ਲਿਆ ਜਾ ਕੇ ਉਹਨੂੰ ਲਿਆ ਕਿੱਥੇ ਧਰੀ ਪਈ ਸੀ ਸਾਡੇ ਕਰਮਾਂ ਚ ਨਹੀਂ ਕੋਈ ਮੇਰੇ ਵੱਲ ਵੇਖ ਲਿਆ ਕਰ ਮੈਂ ਸਾਰੇ ਪਸ਼ੂ ਸਾਂਭਦੀ ਆ ਤਾਂ ਵੀ ਪੈਣ ਭੱਜਰ ਕੇ ਰਹਿਣੀ ਆ ਕੋਈ ਕਹਿ ਦੇ ਵੀ ਮੈਂ ਤੇਰੀ ਸੱਸ ਆ ਆ ਤੇਰਾ ਦੁੱਥਰ ਦੇਖ ਲੈ ਕਿਵੇਂ ਕਰੀ ਬੈਠੀ ਐ ਕੋਈ ਗਾਲ ਨਾ ਕਰ ਭੋਰਾ ਨਾ ਧੋ ਲਿਆ ਕਰ ਮੈਂ ਬਿਮਾਰ ਆ ਮੈਂ ਤਾਂ ਪਈ ਆ ਤੈਨੂੰ ਤਾਂ ਬੇਲੀ ਆ ਪੜ ਕੇ ਦੋ ਚਿੱਠਾ ਅੰਦਰ ਬੋਲਣਾ ਪੜ ਕੇ ਐਡਾ ਬਿੰਦਾ ਚਪੇੜਾ ਨਹੀਂ ਆਂਗੀ ਚਪੇੜੂੰਗੀ ਮੈਂ ਤਾਂ ਨਹੀਂ ਮੈਂ ਕੰਮ ਕਰਕੇ ਚਪੇਣੀ ਆ ਸਾਰੇ ਪਸ਼ੂ ਸਾਂਭ ਕੇ ਆਈ ਆ ਪਾਣੀ ਤਾਂ ਨਹੀਂ ਪੈ ਕੇ ਤੇਰੇ ਵਾਲਾ ਹਾਲ ਨਹੀਂ
ਦੇ ਦੋ ਰੋਟੀਆਂ ਨਹੀਂ ਕੈਂਸਰ ਲਾ ਕੇ ਦੇ ਸਕਦੀ ਤੂੰ ਤੇ ਮੈਂ ਬਿਮਾਰ ਅੱਜ ਮੈਂ ਨਹੀਂ ਉੱਠਿਆ ਨਾ ਮੈਥੋਂ ਨਹੀਂ ਬਣਦਾ ਕੰਮ ਆਪਦੀ ਪੋਤੀ ਨੂੰ ਲਾਉਣ ਨਾਲ ਕਰਵਾ ਲਾ ਕੰਮ ਨੂੰ ਲਾ ਲੈ ਮੈਥੋਂ ਨਹੀਂ ਬਣਦਾ ਪਿੰਡਾਂ ਦੀ ਅਨਪੜ ਸਾਡੇ ਪੱਲੇ ਪਈ ਹੈਗੀ ਮੈਨੂੰ ਸ਼ਹਿਰ ਦੀ ਆ ਮਾਡਰਨ ਬੇਬੇ ਬਾਗ ਜਾ ਤੋ ਮੇਰੇ ਕੋਲ ਦਿਮਾਗ ਨਾ ਖਾ ਮੇਰਾ ਤਾਂ ਇੰਨੀ ਹੈਗੀ ਉਹ ਲੱਗ ਰਹੀ ਹੈ ਦਿਮਾਗ ਖਾਣਾ ਉਹ ਪੈ ਜਾ ਪੈ ਨਹੀਂ ਜਾਣਦੀ ਹੈ ਮੈਂ ਤਾਂ ਕੀ ਕੰਮ ਕਰੇਗੀ ਕੋਈ ਬੇਬੇ ਨੂੰ ਦੇ ਦੇ ਮੇਰਾ ਬੋਲ ਮਾਰ ਕੇ ਫੇਰ ਬੇਬੇ ਦਾ ਰੱਬਰ ਦੇ ਦਿਆ ਕਰ ਬੀਬੀ ਆਉਣੇ ਬੇਬੇ ਤਾਂ ਸਿੱਧੀ ਹੈ ਤੂੰ ਤੇ ਅੱਜ ਤੂੰ ਹਜੇ ਕਾਲਜ ਨਹੀਂ ਗਈ ਜਾਨੀ ਆ ਬੀਬੀ ਰੋਟੀ ਖਾ ਕੇ ਫਿਰ ਜਾਊਂਗੀ लेट नहीं होगी ना भेजा प्या का टाइम रोटी बना के फिर खा के फिर जानी है। आप बनाएगी तू और क्यों तेरी माँ तो चल ढिली है तेरी दादी ने कह दे दादी कहती दादी ओ इधरला काम कुम कर दी सी कहती ले दो रोटियां तो की हो जाऊगा उन्हें कह चल कोई ना मैं लाके खा के फिर भाग दूंगी कह देना तेरी दादी ने अड़ी हद होगी मैं भी कह दे वास्ते बीबी चढ़ के क्लेश पऊगा घरे क्लेश पऊगा रोटी नहीं ला के दे सकदे तन दो रोटियां दी की गल हुंदी हैगी दो जानी चल तेरी मां तो मैं तां नहीं कहंदी भाई वो बीमार हैगी ओ तड़के ओ फिर बन के पै जांदी ओ एमी तो नहीं बनदी ओ तो किन्ना काम करदी है मन तो कहण दी लोड़ ही नहीं पैंदी ताही ओ नहीं बोलदी तेरी दादी सारा काम तो ओही करदी हैगी तेरी मां ते हुण जे रोटियां ने लाउणियां पै गईयां तां बीमारी पैंदी ओ मेरे कोल भाई मैं देवां पता ओनू ओ बेबी कादे वास्ते तड़के तड़के एमी गुलेस पऊगा साडे भरे चल जे तू ला ला दो रोटियां और कोई बाहर फिर और मैं लाके खा के फिर बाहर दस ओ मैं तू लेट हो जी घरे ਅੱਦੀ ਹੋਈ ਪਈ ਆ ਜੱਤੀ ਗੱਲ ਸੁਣ ਮੇਰੀ ਪੁੱਤ ਹਾਂ ਬੇਬੇ ਉਰੇ ਆ ਤੂੰ ਰੋਟੀਆਂ ਨੂੰ ਰਹਿਣ ਦੇ ਤੇ ਆ ਮੈਂ ਤੈਨੂੰ ਪੈਸੇ ਦੇਣੇ ਉੱਥੇ ਸਮੋਸੇ ਖਾਣੇ ਬਸ ਕਿੱਥੇ ਮੈਂ ਸਮੋਸੇ ਖਾਉਂ ਮੈਂ ਇੱਥੇ ਖਾ ਜਾਂਦੀ ਹਾਂ ਉਹ ਰਹਿਣ ਦੇ ਕਿੱਥੇ ਮੱਥਾ ਮਾਰੇਂਗੀ ਤੂੰ ਆ ਫੜ ਦੋ ਸਮੋਸੇ ਲੈ ਲਈ ਠੀਕ ਆ ਤੇ ਮੌਜ ਨਾਲ ਖਾ ਕੇ ਚੱਲ ਵੀ ਚੱਲ ਚੰਗਾ ਬੇਬੇ ਫਿਰ ਮੈਂ ਜਾਣੀ ਹਾਂ ਹਾਂ ਬਾਗੇ ਦੇ ਪੁੱਤ ਮੈਂ ਲੇਟ ਹੋਈ ਜਾਨੀ ਘਰੇ ਚੰਗਾ ਹੋਰ ਪੜ੍ਹਾਈ ਵਧੀਆ ਕਰਿਆ ਕਰ ਨਾ ਨਾ ਕੋਈ ਨਾ ਫਿਰ ਬਾਹਰ ਤੋੜਨਾ ਤੈਨੂੰ ਠੀਕ ਆ ਹਾਂ परमात्मा खुशियां पूरी करे जवाकड़ी मेहनत पल्ले पावे मेनू भी ऐ चा चढ़ी मेरी पोती एक तो गई बार आ स्कीम ठीक है जरा कुछ आ करी आंदे ने बुढ़ी नाल मेनू भी ऐ करना पौगा नहीं तो नहीं बुढ़ी जी मेरा बहुत ही हुक्म चलन दिंदी है बहू भी ओहदे नाल ही रल रही है कड के मुंह पाए जाती है भी आपी बीबी काम कर दी तुरी फिर क्यों मैं क्यों करा है मैंने तो इसमें सारे टब्बर से हुक्म चलाऊंगी आए नहीं कम सोता आही स्कीम खेड दी मैं फिर देखी सारे टब्बर से किमें राज करूंगी मैं मैंने तो यह कौडिया के भा नहीं जानते मैं सारा पशु पसारा सामदी हाँ आए कि मैं इन्हें नौकर लगी हाँ कोई नहीं ठीक है आ कम ठीक है जी स्कीम देख रही मैं यही लोट आऊ हूं कमल तू किधर चली नहीं बेबे क्यों टोकती रहनी है सारा दिन मैं तो मेरी ताई के जाके आनी हाँ क्यों क्योंकि आ मोदी ने नहीं स्कीम जी चली पैसे वाली कागज पत्र जा करा के लिया अच्छा एक आ भी स्कीम हैगी है हरेक नु मिलदे हजार हजार महीने का फार्म भर दो नहीं दो दो मिलता बेबे सची हां मेरा फार्म भी भर दी कोई ना समार की भरू बेबे चंगा ठीक है आता रंग ही लग जूगा मेनू महीने का 2000 आ जा करू मैं तो आपको जमा कराई जाऊ जमा नहीं देंगे इन्हें कुछ करी जा हाँ आपकी लोड़ वे तो मैं कढ़ा सकती पर इन्हें नहीं मैं देने कि लग जा बेबे हाँ पुत किधर गए अपने घर दे जी तेन पता था सिर दुखदा उत्थे बैठी है तेरी मां तां गई है तेरी ताई के उत्थे फार्म भर दे ने जिहड़े 2-2000 मिलदा है 2-2000 मिलदा किहदे फार्म आ गए बेबे नवें पहला आपां उह भरे नहीं सी ऐ लगदा सी मूंह झूठ जी गल है हुण सारे फार्म भरी जांदे ने वी सब नूं मिलणगे जिहने फार्म भरता उहनूं पैसे मिलने ही मिलने ਕਿਹੜੇ ਬੇਬੇ ਫਾਰਮ ਕਿਹੜੇ ਮੋਦੀ ਵਾਲੇ ਹੋਰ ਕਿਹੜੇ 2-2000 ਹਾਂ ਬਾਪੂ ਨੇ ਨਹੀਂ ਭਰਨ ਦਿੱਤੇ ਤਾਂ ਕਿਹੜੇ ਮਿਲਨੇ ਪੈਸੇ ਹੁਣ ਲੋਕਾਂ ਨੂੰ ਮਿਲੀ ਜਾਂਦੇ ਆ ਤਾਂ ਆਰਕੇ ਤੇ ਗਈ ਕਿੱਥੇ ਬੇਬੇ ਆ ਤੇ ਤਾਈ ਕੀ ਗਈ ਆ ਹੋਰ ਕਿੱਥੇ ਤਾਈ ਕੇ ਗਏ ਆ ਫਾਰਮ ਹਾਂ ਉੱਥੇ ਭਰੀ ਜਾਂਦੀਆਂ ਨੇ ਲਈ ਜਾਂਦੇ ਫਾਰਮ ਵੰਡਣ ਵਾਲਾ ਉੱਥੇ ਬੈਠਾ ਤੇ ਬਾਪੂ ਉਹ ਖੇਤ ਗਿਆ ਖੇਤ ਗਿਆ ਤੇ ਹਾਂ ਤੇ ਤੇਰੇ ਘਰ ਵਾਲੀ ਤੈਨੂੰ ਪਤਾ ਸਿਰ ਬੰਨੀ ਪਈ ਆ ਸਿਰ ਦੁਖਦਾ ਤੇ ਜੋਤੀ ਕਾਲਜ ਗਈ ਨਾ ਬਾਪੂ ਨੂੰ ਕਿਹਾ ਹੈਗਾ ਜੀ ਮੈਂ ਆਪਾਂ ਦੋਨੇ ਇਕੱਠੇ ਚੱਲਾਂਗੇ ਉਹ ਕੱਲੇ ਹੀ ਵਗ ਗਿਆ ਐਂ ਕਰੀ ਨਾ ਉਹ ਤਾਂ ਵਗ ਗਿਆ ਤੇ ਤੂੰ ਚਾਹ ਲੈ ਜੀ ਉਹਦੀ
ਚਲ ਚਾਹ ਫਿਰ ਬਣਾਉ ਕਿਹੜਾ ਹਾਂ ਬਣਾ ਹੀ ਜਾਂਦੇ ਆ ਧਰੀ ਪਈ ਆ ਧਰੂ ਕਿਹੜਾ ਤੂੰ ਨਾਲੇ ਕਹਿੰਦੇ ਸਾਰੇ ਉੱਧਰ ਗਏ ਹੋਏ ਆ ਸਾਰੇ ਕੌਣ ਮੈਂ ਦੱਸਦਾ ਤੇਰੇ ਪਿਓ ਤਾਂ ਗਿਆ ਖੇਤ ਤੇ ਤੇਰੀ ਮਾਂ ਗਈ ਫਾਰਮ ਫੜਨ ਤੇ ਜੋਤੀ ਕਾਲਜ ਗਈ ਆ ਤੇ ਤੇਰੇ ਘਰ ਆਈ ਸਿਰ ਬੰਨੀ ਪਿਆ ਚਾਹ ਕੌਣ ਬਣਾਈ ਜਾਂਦਾ ਚਾਹ ਮੈਂ ਤੇਰੇ ਆਈ ਸੀ ਔਖੀ ਸੌਖੀ ਹੋਰ ਕੌਣ ਮੈਂ ਪਤਾ ਨਹੀਂ ਕਿਹੜਾ ਬਣਾਈ ਜਾਂਦਾ ਚਾਹ ਮੈਂ ਧਰਕੇ ਆਈ ਆ ਚਾਹ ਤਾਂ ਉੱਬਣ ਵਾਲੀ ਆ ਚਲ ਠੀਕ ਆ ਠੀਕ ਆ ਉਹਦਾ ਸਿਰ ਦੁਖਦਾ ਜੇ ਵੱਧ ਤੋਂ ਬਿਮਾਰ ਆਹੋ ਜੇ ਪਤਾ ਲੈ ਲਾ ਉਹ ਤਾਂ ਫਿਰ ਤੈਨੂੰ ਪਤਾ ਮੂੰਹ ਸਜਾ ਲੂਗੀ ਚਲ ਪਾ ਵੀਰਾ ਅੱਜ ਕੱਲ ਦੀਆਂ ਮਨਾਉਣੀਆਂ ਵੀ ਔਖੀਆਂ ਨੇ ਮਾੜੇ ਜੇ ਪਿੱਛੇ ਟਿੰਡਰ ਜਾਂਦੀਆਂ ਨੇ ਮੈਨੂੰ ਤਾਂ ਤੂੰ ਪੁੱਛਦਾ ਹੀ ਨਹੀਂ ਤੈਨੂੰ ਤਾਂ ਕੰਮ ਦੀ ਬਣੀ ਰਹਿੰਦੀ ਆ ਪੁੱਛ ਲਾ ਜਾ ਕੇ ਚੰਗਾ ਰਹੇਗਾ ਦਾਸ ਉੱਤੀ ਵੇ ਮੋਜਾ ਨਾਲ ਉਹ ਮਹਾਰਾਣੀ ਕੀ ਹੈ ਹੁਣ ਤੇ ਖੜੀ ਹੋਇਆ 12 ਵੱਜ ਗਿਆ ਹੁਣ ਤੇ 12 ਕਿੱਥੇ ਵੱਜ ਗਏ ਹਾਂ ਇੰਨਾ ਦਾ ਸਿਰ ਦੁਖੀ ਜਾਂਦਾ ਮੇਰਾ ਤਾਂ ਤਾਂ ਵੀ ਦਿਖੀ ਜਾਂਦਾ ਵੀ 12 ਵੱਜ ਗਏ ਕਿੰਨਾ ਟਾਈਮ ਹੋ ਗਿਆ 9 ਵਜੇ ਤਾਂ ਮੈਂ ਗੋਲੀ ਲੱਗ ਪਈ ਆ ਉਹ 3 ਘੰਟੇ ਦਾ ਹਟ ਜਾਂਦਾ ਉਹ ਦੱਪ ਮਰ ਜਾਣ ਕੇ ਬਹਾਨਾ ਲਾ ਕੇ ਪੈ ਗਈ ਆ ਹਾਂ ਇਹ ਕੌਣ ਕੰਦਰ ਮਾ ਲਾ ਕੇ ਪਈ ਆਪਣਾ ਮਨਾਂ ਦੇ ਬੇਬੇ ਨੂੰ ਪੁੱਛ ਲੈ ਇੰਨਾ ਸਿਰ ਦੁਖੀ ਜਾਂਦਾ ਬੇਬੇ ਨੇ ਤਾਂ ਗੋਲੀ ਦਿੱਤੀ ਆ ਮੈਨੂੰ ਪਰ ਗੋਲੀ ਦਿੱਤੀ ਆ ਉਹਨੂੰ ਕੀ ਪਤਾ ਕਿੰਨਾ ਦੁਖਦਾ ਇਹ ਕਹਿੰਦਾ ਨਾਪਿਆ ਜਾਂਦਾ ਬੁਖਾਰ ਵਾਂਗੂ ਬੁਖਾਰ ਤਾਂ ਨਾਪਿਆ ਜਾਂਦਾ ਵੀ ਇੰਨਾ ਹੋ ਗਿਆ ਸਿਰ ਤਾਂ ਕਹਿੰਦਾ ਨਾਪ ਹੁੰਦਾ ਮੈਂ ਪਹਿਲਾਂ ਪਈ ਆ ਕਿਹੜੇ ਸਿਰ ਬੰਨ ਕੇ ਦੱਸ ਉਹ ਨਹੀਂ ਬੰਨ ਕੇ ਪਈ ਉਹ ਠੀਕ ਹੈ ਤੇਰੀ ਗੱਲ ਨਾ ਹੁਣ ਰੋਟੀ ਇੱਥੇ ਮੈਂ ਦੇਖ ਕੇ ਆ ਕਿਉਂ ਬੇਬੇ ਬਣਾ ਲੈ ਨਾ ਉਹ ਬੇਬੇ ਦਾ ਆਵਤਾ ਆ ਕੇ ਗਈ ਆ ਉਹ ਨਾ ਤਾਂ ਕਿ ਘਰ ਤੋਂ ਬਾਜ ਆਈ ਉਹ ਫਾਰਮ ਜਾਂ ਭਰਾਉਣ ਗਈ ਆ ਦੋ ਆ ਉਹ ਪਤਾ ਕਿਹੜੇ ਫਾਰਮ ਭਰਨ ਗਈ ਆ ਉਹ ਸਾਰਾ ਕੁਝ ਹੀ ਪਤਾ ਹੁੰਦਾ ਸੈਲਸ ਪੱਟਿਆਂ ਤੇ ਗਈ ਹੋਣੀ ਹੈਗੀ ਉਹ ਰੋਟੀ ਰੋਟੀ ਲੈ ਆਉਂਦੇ ਖਾ ਲੈਂਦਾ ਮੈਂ ਤੇ ਕੁੜੀ ਤੋਂ ਬਣਵਾ ਲਾ ਹੁਣ ਐਡੇ ਸਾਰੇ ਤਾਂ ਹੋ ਰਹੀ ਆ ਹੁਣ ਜੇ ਹੁਣ ਨਹੀਂ ਕੰਮ ਲਾਵਾਂਗੇ ਲੱਗੂ ਕਦੋਂ ਕੁੜੀ ਕਿਤੇ ਕਾਲਜ ਗਈ ਆ ਉਹ ਤੂੰ ਨਾ ਜਾਂਦੀ ਅੱਜ ਤੇ ਰੋਕ ਲੈਂਦੀ ਤੂੰ ਰੋਕਣਾ ਤੂੰ ਸੀ ਮੈਂ ਰੋਕਣਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਵਾਗੀ ਨਾ ਤੈਨੂੰ ਦੱਸ ਕੇ ਗਈ ਹੋਗੀ ਨਾਲੇ ਤੂੰ ਬਗੈਰ ਪੁੱਛਿਆ ਜਾਂਦੀ ਨਹੀਂ ਉਹ ਬੇਬੇ ਨੂੰ ਕਹਿ ਕੇ ਹੁਣੀ ਆ ਬਾਹਰ ਜਾਂਦੀ ਆਂਦੀ ਮੇਰੇ ਤਾਂ ਸਿਰ ਉੱਠਿਆ ਪੈਸਾ ਹੁਣ ਲੱਗਾ ਹੀ ਨਾ ਅੱਜ ਤਾਂ ਜੀ ਨਹੀਂ ਕਰਦਾ ਉੱਠਣ ਨਾਲ ਲੱਗਦਾ ਪਈ ਰਾਮ ਤੇ ਲੱਗ ਨਾਲ ਬੁਖਾਰ ਵੀ ਆ ਮੈਨੂੰ ਚਲ ਪਾਇਆ ਕਰ ਲਾ ਰਾਮ ਤੂੰ ਤੇ ਕਰ ਰਾਮ ਅੱਜ ਰੈਸਟ ਆ ਅੱਜ ਮੈਨੂੰ ਪਤਾ ਲੱਗ ਗਿਆ ਤੇਰਾ ਲੱਗ ਰੈਸਟ ਹੈ ਪੁੱਤ ਪਾਉਣਾ ਹੀ ਹੁੰਦਾ ਤੂੰ ਹੋਰ ਕੀ ਕਰਨਾ ਕੁੱਤ ਪਾਉਣ ਮੈਂ ਪਹਿਲਾਂ ਕੰਮ ਨਹੀਂ ਕਰੋ ਕਿਤੇ ਇੰਨਾ ਵਾ ਮੈਂ ਕੰਮ ਕਰਦੀ ਆ ਜੇ ਅੱਜ ਬੇਬੇ ਕਰ ਲੂਗੀ ਫਿਰ ਕੀ ਜਾਨ ਨਿਕਲਦੀ ਆ ਉਹਦੀ ਉਹ ਵੀ ਹੁਣ ਟਾਇ ਕੇ ਫਿਰਦੀ ਰਹਿੰਦੀ ਆ ਕੋਲੇ ਕਸਦੀ ਰੋਟੀ ਬਣਾ ਲੈ ਤੂੰ ਮੈਂ ਇੱਥੇ ਨੁੱਠਾ ਜਾਂਦਾ ਵੀ ਹਜੇ ਆ ਲਈ ਆਉਂਦੀ ਫਾਰਮ ਜੀ ਹਾਂ ਲੈ ਆਈ ਬੇਬੇ ਅੱਛਾ ਹਾਂ ਲਾਏ ਕਰ ਫਟਾਫਟ ਨਾ ਘੁੱਗੀ ਮਾਰਦੇ ਹੁਣ ਇਹਦੇ ਲਵੈਨ ਕਾ ਲਾ ਲਾ ਕਰ ਦਿੰਨੀ ਆ ਓਹੋ ਮੈਂ ਵੀ ਕਮਲੀ ਤੈਨੂੰ ਸਾਨ ਕਰਨ ਨੂੰ ਕਹੀ ਨੇ ਤੂੰ ਤਾਂ ਸੱਚ ਗੁੱਠਾ ਲਾਵੇਂਗੀ ਹਨਾ ਨਾ ਅੱਠਾ ਨਹੀਂ ਮੈਂ ਲੈ ਪੰਜ ਪੜੀਆਂ ਪੂਰੀਆਂ ਪਤਾ ਐਨ ਕਰੂੰਗੀ ਮੈਂ ਤਾਂ ਲਿਆ ਫੜਾ ਪਿੰਨ ਐਨ ਕ ਲਾਉਣ ਨੂੰ ਦੱਸ ਬੇਬੇ ਕੀ ਹੋਇਆ ਐਨ ਕਿ ਬਿਨਾ ਫਿਰ ਮੈਂ ਕਿਵੇਂ ਕਰੂੰਗੀ ਚਲ ਆ ਥੱਲੇ ਜੇ ਕਰ ਦੇ ਬਸ ਆ ਇੱਥੇ ਜੇ ਕਰ ਦੇ ਥੱਲੇ ਜੇ ਠੀਕ ਇੱਥੇ ਕਰ ਦੇ ਹਾਂ ਮੈਂ ਨਹੀਂ ਮੈਂ ਮਰ ਜਾ ਲੈ ਕੁੜੇ ਇੰਨਾ ਕੁ ਤਾਂ ਆਉਂਦਾ ਹੀ ਆ ਤੇ ਨੀਚੇ ਵਾਲੇ ਤੇ ਹਾਂ ਹਾਂ ਬੇਬੇ ਬਸ ਇਹਦੇ ਵੀ ਥੱਲੇ ਜੀ ਕਰ ਦੇ ਆ ਉੱਤੋਂ ਦਾ ਕਾਗਜ਼ ਜਿਹਾ ਪਟਾਈ ਨਾ ਬਸ ਆਹੀਂ ਦੀ ਕਰ ਦੇ ਬੇਬੇ ਤੇ ਮੋਦੀ ਵਾਲੇ ਨੇ ਕਾਗਜ਼ ਹਾਂ ਮੋਦੀ ਵਾਲੇ ਨੇ ਬੇਬੇ ਮੈਂ ਪੈਸੇ ਵਾਲੇ ਭਰ ਕੇ ਆਈਆਂ ਅੱਛਾ ਹਾਂ ਮਾਂ ਚਲ ਆਪਾਂ ਆਉਣ ਲੱਗ ਜਾ ਕਰਨਗੇ ਪੈਸੇ ਮੇਰੇ ਨੇ ਮੇਰੇ ਆਂ ਜਿਹਨਾਂ ਨੇ ਨਿਗਾ ਰੱਖੀ ਨਹੀਂ ਚੱਕ ਆਪਣੇ ਕੋਲੇ ਰੱਖੂ ਆਪਦੇ ਪੈਸੇ ਆ ਲੈ ਫੜਾ ਪੈਨ ਜਾ ਲੈ ਫੜ ਐ ਮੂੰਹ ਜਾਂ ਬਾਲੇ ਬਣਾਉਣੇ ਕੀ ਗੱਲ ਹੈ ਨਾ ਕੁਛ ਨਹੀਂ ਮੈਨੂੰ ਤਾਂ ਜ਼ਿਆਦਾ ਤੇ ਕਾਲਾ ਜਿਹਾ ਲੱਗਦਾ ਹੈ ਕਾਹਦਾ ਕਾਲਾ ਕਾ ਤੂੰ ਮੂੰਹ ਜੇ ਬੜਾ ਸੋਹਣਾ ਬਣਾ ਮਰੋੜਿਆ ਜਿਹਾ ਨਾ ਨਾ ਉਹ ਤਾਂ ਮੈਂ ਕਿ ਬੇਬੇ ਨੇ ਦਸਖਤ ਕਰਤੇ ਚਲ ਠੀਕ ਹੈ ਬੇਬੇ ਹਾਂ ਠੀਕ ਤਾਂ ਹੈਗਾ ਪਰ ਹੋਰ ਨਾ ਕੋਈ ਗੱਲ ਹੋਵੇ ਵਿੱਚੋਂ ਮੈਨੂੰ ਤਾਂ ਐਂ ਲੱਗਦਾ ਹੈਗਾ ਇਹ ਚਲਾਕ ਜਿਹਾ ਮੂੰਹ ਕਰਿਆ ਇਹਨੇ ਰਾਕੀ ਜੀ ਕਰੀਏ ਤਾਂ ਮੇਰੇ ਨਾਲ ਕੋਈ ਪਰ ਕੋਈ ਨਹੀਂ ਪਤਾ ਤਾਂ ਲੱਗ ਜੂਗਾ ਮੈਨੂੰ ਮੈਨੂੰ ਪਤਾ ਸੀ ਬੇ ਬੁੜੀ ਜੀ ਬੜੀ ਹੁਸ਼ਿਆਰ ਹੈਗੀ ਪਰ ਮੈਂ ਵੀ ਕਿਹੜਾ ਘੱਟ ਆ ਆਪਾਂ ਵੀ ਉੱਤੇ ਮੋਦੀ ਵਾਲਾ ਲਾ ਲਿਆ ਫਾਰਮ ਕਹਿੰਦੀ ਮੈਂ ਐਨਕ ਲਾ ਲਾ ਫੇਰ ਸੈਨ ਕਰਦੀ ਆ ਚੱਲ ਬੁੜੀਏ ਜੇ ਤੂੰ ਡਾਣੀ ਡਾਣੀ ਆ ਨਾ ਮੈਂ ਵੀ ਪੱਤੇ ਪੱਤੇ ਆ ਆਹ ਤਾਂ ਕੰਮ ਹੋ ਗਿਆ ਹੁਣ ਇਹਨੂੰ ਰੱਖਦਾ ਲੁਕੋ ਕੇ ਤੇ ਬਸ ਕੱਲ ਨੂੰ ਫੜਾਇਓ ਬਾਕੀ ਮੇਰਾ ਮੈਂ ਜਾਣਾ ਓ ਮਹਾਰਾਣੀ ਜੀ ਉੱਠ ਕੀ ਹੈ ਬੇਬੇ ਸਿਰ ਦਰਦ ਨਾ ਇੰਨਾ ਕਰੀ ਜਾਂਦਾ ਕਿ ਤੂੰ ਇੰਨਾ ਉੱਚੀ ਬੋਲਦੀਆਂ ਆ ਕੇ ਕੋਲੇ
हौली बोल पिया कर। अच्छा हाँ दस मेरे लिए चाह बना के लिया बेबे ना आप दे ली बना ले एक कप ना ले मैनू लिया दे सच्ची सोन लगा इना सर दर्द करता है। अच्छा हाँ बदले तेरे मैं चाह बना के देवा तेन बेबे अगे भी तो बना ही दिनी अज बना देंगे कि गल क्यों नौकरानी समझे मेनू तू ओहो कौन कहते बेबे तेन नौकरानी तू मालकना है मालकना तो फिर मेरे अगे काम कर जा लिया दे मेनू चाह बना के तू दर्दी कह दे बेबे मेरे तो सिर दुखी है मैं नहीं कहती चल हो खड़ी नहीं तो फिर घरों बहर जाने की तैयारी कर ली जिन्ना चुके बेबे इतने मेन कोई नहीं घरों कढ़ सकता बेबे हां तू नाले तेरी बेबे दोवी बहर जाऊंगी की सुनिया नहीं मेनू ए की है तेन पता मेन पढ़ना पुढ़ना नहीं आता गा पढ़ना नहीं आता थोड़ा बहुत तो समझ सकती होगी पांच चार ता पढ़ी होवेगी के जमीनी गई है कि स्कूल बेबे पांच चार ता पढ़ी है पर सिर ने अग लगने ने निगाह भी नहीं लगती इन्ना सिर दर्द करी आंदा गा कोई ना हो जाऊगा ठीक चल खड़ी हो बैठ तो इत्थे हुण मैं बैठना क्यों हां ते घर दी मालक हुण मैं आ ते असी सानू दसूंगी चल बारे बार की करना चल चल सारा कुछ हुण मेरे नां है बेबे सवाल जहा तो मैं साफ साफ दस तू की चाहनी है मैं की चाहनी हाँ मैं तो चाह मंगी है चल जा नाले मेरे बराबर नहीं बैठना जा उठ के मालका ने बराबर नहीं बैठी था हाय तू मेरी मम्मी तेन मैं एक बार कह देना मजाक क्यों कर दी देखी बना नहीं मैं मजाक नहीं कर रही तुसी बहुत पा लिया मेनू दोवे ने रल के तू ते बेबे ने हुण इस घर च मेरी चलूगी तुसी तो बेबे किसे इन्ना बोलते ही नहीं सी अज की होगा तुहानू तुसी बोलने लई मजबूर जो करता हां पिलसन लगा के आया बेबे दी ऐसा नहीं मैं तेनू दस के हटी ना पहला मैंने तो जमीन दे कागज ने उन्हें सारी जमीन मेरे नाम है है जमीन हां ये किवें हो सकदा बेबे दे नाम जमीन ता आ तेनू दिखदा नहीं तेरी बेबे ने अपने आप ही मेरे नाम कीती है अल्लाह बेबे ने की करता जा चाह बना के रुक जा मैं बेबे को ही जानी अग लग के सिर सुरता मेरा क्यों हट गया ना हुन दिखना मिनट थी बेबे हाँ खड़ी हो खड़ी की हो गया चाल आ गया तेरा पुछा लाया पुछे की नहीं होया हाँ की हो गया आज तो दिन भी सोना लग रहा हाँ की हो तेरा सोना बेबे आ तू की करता मैं तो कुछ नहीं करे की हो गया आ की बेबे नो आ जड़ी जमीन जी करती मैं करती होर केड़ा कंजर कह तेनू बेबे बेबे कहंदी हैगी कहंदी बेबे ने मेरे नाल जमीन करती ओही मारियां दे भकाई आए मैं क्यों कर दूंगी रे है बेबे आप दे गल गुठा देता तू साडे भी गल गुठा देता इक कौन कहे तेनू ओ कहंदी कमल कहंदी हां हां ओ ता मैं उन्ना ते साइन करे जेड़े मोदी वाले फार्म नहीं लई ओ उन्ना ते साइन करे हैगे जमीन ते मैं किवें कर दूं पना तू ता पागल है ਉਹ ਤਾਂ ਜ਼ਮੀਨ ਦੇ ਕਾਗਜ਼ ਸੀ ਜਿੱਤੇ ਸਾਈਨ ਕਰਵਾ ਕੇ ਲੈ ਗਈ ਉਹ ਉਹ ਮੈਨੂੰ ਫੋਟੋ ਦਿਖਾਈ ਸੀ ਮੋਦੀ ਠਾਣੇ ਫਾਰਮ ਤੇ ਕਹਿੰਦੀ ਆ ਦੇਖ ਬੇਬੇ ਧੋਖੇ ਨਾ ਕਰਾ ਲੈ ਤੇਥੋਂ ਸਾਈਨ ਹੁਣ ਆਪਾਂ ਕਾਸੇ ਜੋਗਰੇ ਨਹੀਂ ਹਾਏ ਆ ਉਹਦਾ ਮਦਰ ਕੀ ਹੋ ਗਈ ਐਹੀ ਦੀ ਨਿਕਲ ਗਈ ਉਹ ਮੇਰੇ ਤਾਂ ਸਿਰ ਇੰਨਾ ਦੁਖੀ ਆਂਦਾ ਸੀ ਹੁਣ ਕੀ ਕਰਾਂਗੇ ਫਿਰ ਆਪਾਂ ਤਾਂ ਜਮੇ ਪੱਟੇ ਗਏ ਬੇਬੇ ਤੇਰਾ ਪੱਠਾ ਬੈਠਾ ਤੂੰ ਕਿਉਂ ਸਾਈਨ ਕੀਤੇ ਅੱਲਾ ਲਾ ਮੋਦੀ ਵਾਲੇ ਚੱਕ ਹੁਣ ਵੱਡੇ ਵੱਡੇ ਫੜ ਲਾ ਬੇਬੇ ਨੋਟ ਦੋ 2000 ਦੇ ਹੁਣ ਮੈਨੂੰ ਤਾਂ ਉਹਨੇ ਆਈ ਕਹਿ ਕੇ ਕਿਹਾ ਸੀ ਉਧਰੋਂ ਫੜ ਕੇ ਲੈ ਜੀ ਕਹਿੰਦੀ ਤਾਈ ਕਿੰਨੀ ਤੇਰੀ ਕਿੰਨੀ ਮਾਂ ਬਸ ਬਹਾਨਾ ਸੀ ਬੇਬੇ ਨੇ ਤਾਂ ਆਪਦੇ ਨਾਲ ਕਰਵਾ ਲਿਆ ਸਾਰਾ ਕੁਝ ਸੱਚੀ ਨਹੀਂ ਤੂੰ ਸੱਚ ਕਹਿਨੀ ਆ ਬੇਬੇ ਮੈਂ ਅੱਖਾਂ ਨਾਲ ਦੇਖਿਆ ਇਹਨਾਂ ਨਾਲ ਓਏ ਵੇ ਰੱਬਾ ਹੁਣ ਕਿੱਥੇ ਆ ਉਹ ਮਹਾਰਾਣੀ ਬਣੀ ਬੈਠੀ ਹੈ ਬੈੱਡ ਤੇ ਮੈਨੂੰ ਕਹਿੰਦੀ ਖੜੀ ਹੋ ਕੇ ਚਾਹ ਚੂ ਕਰ ਲਿਆ ਮੈਂ ਕਿਹਾ ਮੇਰਾ ਸਿਰ ਉੱਠਿਆ ਤੇ ਇੱਕ ਕੱਪ ਆਪਦੇ ਖਾਤਰ ਬਣਾ ਲੈ ਮੇਰੇ ਖਾਤਰ ਬਣਾ ਦੇ ਹੁਣ ਤਾਂ ਆਪਦੇ ਹੱਥ 'ਚ ਕਰ ਲਿਆ ਸਾਰਾ ਕੁਝ ਹੁਣ ਕੀ ਕਰਾਂਗੇ ਨੀ ਤੂੰ ਤਾਂ ਕਰ ਲੇਂਗੀ ਚੱਲ ਚੰਨੀ ਕਰਾ ਦੂ ਕੁਛ ਮੈਂ ਕਿੱਧਰ ਜਾਉਂ ਮੈਨੂੰ ਦੱਸ ਇੱਕ ਚੰਨੀ ਕਰ ਲੂਗਾ ਜੇ ਉਹ ਆ ਗਿਆ ਉਹਨੂੰ ਪਤਾ ਲੱਗ ਗਿਆ ਉਹ ਨਾਲੇ ਮੇਰੇ ਨਾਲ ਉਸ ਤਰ੍ਹਾਂ ਤੈਨੂੰ ਗਾਂ ਦਊਗਾ ਗਲਤੀ ਤਾਂ ਮੇਰੀ ਹੈ ਤੇਰੇ ਕੇ ਲਾਉ ਜਿੱਤਰ ਮੈਨੂੰ ਮੈਂ ਕਿਹੜਾ ਬਾਹਰ ਪੜੀ ਹੋਈ ਮੈਂ ਤਾਂ ਦੋ ਕੱਖਰ ਜਾਣੀ ਮੈਂ ਆਪਦੇ ਸਾਈਨ ਕਰਦੀ ਆ ਹੋਰ ਕੁਛ ਵੀ ਨਹੀਂ ਪਤਾ ਮੈਂ ਤਾਂ ਕਹਿਦਾ ਦੀ ਵੀ ਜੇ ਚੰਨੀ ਆ ਗਿਆ ਉਦੋਂ ਕਰਵਾ ਲਈ ਸਾਈਨ ਸੁਣ ਕਾਸੇ ਤੱਕ ਜਿੱਤੇ ਵੀ ਕਰਵਾਉਣੇ ਨੇ ਇਹ ਆਈ ਕਹਿ ਕੇ ਗਈ ਸੀ ਅਗੇ ਤਾਈ ਕੇ ਘਰੇ ਬੈਠੇ ਨੇ ਉਹ ਫਾਰਮ ਭਰਦੇ ਨੇ ਮੈਂ ਆਖਿਆ ਮੇਰਾ ਵੀ ਲਿਆਈ ਵੀ 2000 ਮੇਰਾ ਕੋਈ ਨਹੀਂ ਮੈਂ ਆ ਲਾਲਚ ਚ ਆ ਗਈ ਮੇਰੇ ਤਾਂ ਲੱਗਣਾ ਸਿਰ ਜਾ ਵੀ ਪਰੇ ਖੋਲ ਦੇ ਹੂੰ
चंद चढ़ गया देख ओही तो गल है बूमा मर जा हुण की करिए हुण की करना तेरे तो सोरा भी नहीं करे है सारा उंगल ते नचाऊगी आए बूमा मर जाऊगा मेरे हॉल पाता मालकन होके भी थोड़े ते रोब नहीं पा सकती देखी कि भारा चेहरा ते खोटी किन्नी है खोटी मेरे तो ऊ नहीं सी चेती चेते नहीं जा सी तू इना बदल जाएगी मैं खोटी ते होर की है तू मजबूर किने किता जमी सिर चढ़ा के धरता मेरे आई हुंदे पोत नू अंगा मेरी और इन मैं झिड़का रख फिर आपदी पोत नू हुण आपदी पोत मेरी गल सुन ला तू मेरे नाल धोखा कीता ना ते रब तेन देखदा देखी सही तेरे की बनू तेरे ना ते जेड़ी तू मेरे नाल कीती ओहो सस वाला हक मेनू दे ही नहीं रही तू पता नहीं कदों मरेंगी तू हक नहीं दे रही इनू सस दा ते मैं तेथों बड़ी हां मैं ता हजे कदे कीता नहीं तेरे नाल ते मेरी नू होके भी गल तेरी ज्यादा मानदी सी फिर मैं किद्दां जरा फिर मैं इनू कदे मंदा नहीं बोली कदे गुस्से नाल नहीं बोली ओ मेरी करूगी इन्नी कि तां चंगी चीजा खानी है सारा दिन खानी है मैनू पता कदे बोली नहीं किलो पक्का दुध दी जांदी है मैनू पता है कौला रखा है चले दा देखो ज्यादा बोलदी है अद्धी रोह मारी मैं इसका भी मालकना बेबे चुप रह नहीं तो ना मैं आपकी खब्बी लत ना तड़वा ली ना तू तेन मैं अद्धा घंटा हो गया चाह नू कहे तेन समझ नहीं आई बना दनी है मम्मी जी खड़ी हो मैं अंदर चाह लिया के दी पुत मैं तो चुप्पी है मैं तो तेन कुछ नहीं कह दी किमें रंग बदल गई रंग बदल गई तेरी मेहरबानी है बेबे सारी चलाक बारी है मैं है नहीं इनी चलाक मैं तो मेरा भोई भाई का इन्हें फायदा चक लिया आ जा मैं गोड़े एकदम नहीं तू चाह बना दे करना ही पौगा करिया ने मैं करिया सहन मैं करे पर रंगे आप दोनों जानिया चल पुत कोई नी सावर कर ला जा पुत मैं बोलूगी चाह बना ला कह के गई हुक्म नहीं ला के गई कोई नी आने दे मेरे पुत नू कर दी मैं ओदे नाल रह भी की करिए हुण चल पुत भाग जा बना ले जा लियाने बेबे ना तैनू लिया देने कुट चाह दी बना जा बना ला कोई नी मेरा तो सावर है जिहड़ी इहने मेरे नाल करी है ना रब्बा तू ही देखी मैं तो यह कुछ किया नहीं आज सस ना यह नहीं किया है तू ही तेरी निगाह तू देख रहा हूं तू मेरे ना ऐ करी है मैं तो करी नहीं सी ऐ मैं तो सेवा करी थी आज सस की मनो तनो ला के इन्हें आ सेवा करी है मेरी मेरा किन्ना हकार हो गया बेबे आ की गल सुनी जाना मैं है सच ही सुनी जाना मैं तो भुलेखे ना साइन करा ले मैं कहनी मोदी आए फार्म ने तू साइन कर दे 2000 महीने का आया करू भाई मैं करते लाल चचा गई इन्हें तो होर ही कुछ करता मेरे तो जमी जागी दे हाथ फड़ते चल कोई ना बेबे फिर की हो गया मेरी मां दे हो गए नाम जमीन चाह तेरे हो गए बहुनी तो असि हाँ फिर की होंगे फिर चल कुछ नहीं होंगे वो तो ठीक है पुत ए रोह भजी मार लग गई तुरती ले दस कि रोह मार लग गई लै होर नाले तो वो अमन ते नाले मेरे ते तेरे ते भी हाँ कम करो कहीं ते मैं आदि पैनी हाँ ते नाले ही टाइम लगे तो लत्त घुट दी उन्होंने कहीं खब्बी लत तोड़ू सचियो अल्लाह मैं झूठ क्यों बोलू तू आवन ना पुछ रहा क्या बेबे गप तो नहीं मार दी कहने बेबे खब्बी लत तोड़ती फिर तू ट्रया महा करे लंग मार के चला करे देख ला
ਮੈਨੂੰ ਤਾਂ ਕਹਿੰਦਾ ਲੰਗ ਮਾਰ ਕੇ ਆਏ ਨੀ ਕਹਿੰਦਾ ਮੈਂ ਮਾਂ ਨੂੰ ਸਮਝਾਉਂਗਾ ਜੇ ਮੈਨੂੰ ਆਏ ਕਹਿੰਦਾ ਤੇ ਏਡਾ ਕਰਦਾ ਏ ਵੀਰ ਬਾ ਹੋਰ ਫਿਰ ਖੱਬੀ ਲੱਤ ਤੋੜੂਗੀ ਫਿਰ ਆਪਾਂ ਉਹਨੂੰ ਜੇਲ ਚ ਭੇਜ ਦਾਂਗੇ ਐ ਕਰ ਤੂੰ ਹਲੇ ਖੱਬੀ ਲਾਏ ਕਰ ਪਹਿਲਾਂ ਹੀ ਗੱਲ ਸਮਝਾ ਦੇ ਉਹਨੂੰ ਕਾ ਕੰਮ ਨਾ ਕਰਦੀ ਸੱਜੀ ਤੜਵਾ ਦਿੰਦਾ ਫਿਰ ਹਾਏ ਵੀਰ ਬਾ ਹੋਰ ਤੂੰ ਦੋਨੇ ਤੜਵਾ ਦਿੰਦਾ ਫਿਰ ਚੱਲ ਐ ਬੈਠੀ ਜਾ ਕਰੀ ਮੌਜ ਨਾਲ ਨਾ ਤੂੰ ਕੰਮ ਕਰਨਾ ਪਿਆ ਕਰੂਗਾ ਹੋਰ ਜਿਉਣਾ ਹੋਊਗਾ ਉਹ ਤਾਂ ਮਰ ਜਾ ਤਾਂ ਕੰਮ ਹੀ ਨਵੇੜ ਦੋ ਫਿਰ ਮੇਰਾ ਕੰਮ ਹੀ ਇਹ ਲੈ ਕੀਤਾ ਤੂੰ ਕੰਮੀ ਆ ਯਾਰ ਕਿੱਥੇ ਲਵਾਉਣ ਵਾਲਾ ਕਰ ਮੈਨੂੰ ਕੀ ਪਤਾ ਇੰਨੀ ਚਲਾ ਕੇ ਆਓ ਚਲਾ ਤੂੰ ਪੰਜ ਪੜੀ ਦੇ ਗਈ ਤੇਰੇ ਸਾਰਾ ਕੋ ਪੜ ਨਹੀਂ ਜਾਂਦੀ ਪੰਜਾਬੀ ਪੜ ਨਹੀਂ ਦਿੱਤਾ ਆਏ ਫੜ ਕੇ ਬਹਿ ਗਈ ਆਏ ਫਾਰਮ ਕਹਿੰਦੀ ਬਸ ਇੱਥੇ ਜੇ ਕਰਦੇ ਇੱਥੇ ਹਾਂ ਲੈ ਕਾਗਜ਼ ਦੋਨੇ ਉਹਨੇ ਲੈ 2000 ਨੋਟ ਉਹ ਹੀ ਬੰਦ ਹੋ ਗਿਆ 2000 ਵਾਲਾ ਫਿਰ ਐਵੇਂ ਮਾਰਤੀ ਬਗਾ ਇਹਨੇ ਝੂਠ ਬੋਲਿਆ ਮੋਦੀ ਵਾਲਾ ਝੂਠ ਬੋਲਿਆ ਕਹਿੰਦੀ ਮੋਦੀ ਵਾਲੇ ਫਾਰਮ ਨੇ 2000 ਆਇਆ ਕਰੂ ਆਦੀ ਮਹੀਨੇ ਤੋਂ ਤੈਨੂੰ ਮੈਂ ਲਾਲਚ ਜਾ ਗਈ ਮਗਾ ਤਾਂ ਮੌਜ ਬਣ ਜੂਗੀ ਨਾਲੇ ਦਵਾਈ ਦੂ ਆ ਜਾ ਕਰੂ ਚਲ ਆਇਆ ਤੇ ਕੋਈ ਗੱਲ ਨਹੀਂ ਬਾਹੋਂ ਤਾਂ ਜਰਨੀ ਪੂ ਬੇਬੇ ਦੀ ਹੁਣ ਪਹਿਲਾਂ ਤੇਰੀ ਜਾਂਦੇ ਸੀ ਹੁਣ ਉਹਦੀ ਜਰਨੀ ਪੈ ਕਰੂਗੀ ਉਹ ਤਾਂ ਬਾਲੀ ਜਾਦੇ ਚੰਬਲ ਗਈ ਮੈਂ ਤਾਂ ਉਹਦਾ ਭੋਲਾ ਜਿਹਾ ਚਿਹਰਾ ਦੇਖ ਕੇ ਕਰਤੇ ਜਾਣ ਮੈਂ ਕਿਹਾ ਝੂਠ ਨਹੀਂ ਬੋਲਦੀ ਹੈਗੀ ਪਰ ਹੁਣ ਤਾਂ ਭਈ ਉਹ ਹੋਰ ਹੀ ਕੁਝ ਬਣ ਗਈ ਚਲ ਮੈਂ ਕੋਈ ਨਾ ਕਰਦਾ ਗੱਲ ਕਮਲ ਤੇ ਰਾਵਣ ਬਣ ਗਏ ਉਹ ਤਾਂ ਵੀ ਤੂੰ ਮਾੜਾ ਮੋਟਾ ਸਮਝਾ ਦੀ ਕਿ ਬੇਬੇ ਦੀਆਂ ਲੱਤਾਂ ਤੋੜ ਕੇ ਕਿ ਫਿਰ ਤੂੰ ਉਹਨੂੰ ਸਾਂਭ ਲੇਗੀ ਖੱਬੀ ਨਾ ਤੋੜੀ ਸੱਜੀ ਤੋੜਦੀ ਆਹੋ ਦੋਨੇ ਤੜਾ ਦੇ ਤੂੰ ਵੀ ਘੱਟੇਗਾ ਬੇਬੇ ਨਾ ਵਰਗਾ ਤੂੰ ਵੀ ਨਹੀਂ ਬੇਬੇ ਉਹ ਤੇਰੀ ਗੱਲ ਠੀਕ ਆ ਚੱਲ ਕੋਈ ਗੱਲ ਨੀ ਕਰਦੇ ਹੱਲ ਕਿਉਂ ਫਿਕਰ ਕਰਦੀ ਆ ਉਹਦੇ ਨਾਮ ਜ਼ਮੀਨ ਹੋ ਗਈ ਫਿਰ ਕੀ ਹੋ ਗਿਆ ਆਹ ਗੱਲ ਤੇ ਕੋਈ ਓਏ ਡੰਡਾ ਲਾ ਕੇ ਰੰਗੇ ਚਰਾਣੇ ਇਹ ਮਾਰਿਆ ਮੇਰੀ ਤੇ ਜਾਨ ਜਮੇ ਹੀ ਨਿਕਲ ਜੂਗੀ ਜਾਂ ਤਾਂ ਕੰਮ ਹੀ ਨਿਬੇੜਦੀ ਕਹਿ ਜਾਂ ਫਿਰ ਕਦ ਵਿਚਾਲੇ ਨਾ ਛੱਡੀ ਤੂੰ ਉਹਨੂੰ ਐਂ ਕਹਿਦੀ ਜੇ ਨਹੀਂ ਤੂੰ ਉਹਨੂੰ ਸਮਝਾਉਣਾ ਨਾ ਐਂ ਕਹਿਦੀ ਕਦ ਵਿਚਾਲਾ ਨਾ ਕਰੀ ਉਹਦਾ ਕੰਮ ਹੀ ਨਿਬੇੜ ਦੇ ਲੈ ਬੇਬੇ ਗਲਤੀ ਤੇ ਇੱਥੋਂ ਹੋਈ ਆ ਤਾਂ ਪਛਤਾਉਣਾ ਸਾਨੂੰ ਪਊਗਾ ਚੱਲ ਕੋਈ ਗੱਲ ਨਹੀਂ ਤਾਂ ਹੀ ਤਾਂ ਮੈਂ ਕਹਿੰਦਾ ਸੀ ਮੈਂ ਸਾਡੇ ਨਾਮ ਲਵਾ ਦੇ ਤੇ ਮੈਂ ਕਿਹੜਾ ਹਿੱਕ ਤੇ ਧਰ ਕਲਿਆਣੀ ਕੀ ਥੋੜੀ ਹੋਈ ਸੀ ਚੱਲ ਹੁਣ ਵੀ ਸਾਡੀ ਆ ਹੁਣ ਕਿਹੜਾ ਮਾਂ ਨਾਲ ਲੈ ਜੂ ਜ਼ਮੀਨ ਤੇ ਜ਼ਮੀਨ ਤੇ ਇੱਥੇ ਰਹਿ ਜਾਣੀ ਆ ਮੈਂ ਲੱਤ ਲੁੱਤ ਨਾ ਤੋੜ ਦੇ ਮੈਂ ਤਾਂ ਡਰਦੀ ਆ ਮੈਂ ਜ਼ਮੀਨ ਕੀ ਚੱਟਣੀ ਆ ਉਹ ਨਹੀਂ ਤੋੜਦੀ ਬੇਬੇ ਕਿਉਂ ਡਰੀ ਜਾਨੀ ਆ ਤੂੰ ਅਸੀਂ ਹੈਗੇ ਨਾ ਮੈਨੂੰ ਵਿਸ਼ਵਾਸ ਨਹੀਂ ਉਹਦਾ ਹਾਂ ਤੇ ਮੈਨੂੰ ਵੀ ਨਹੀਂ ਪਤਾ ਉਹ ਦਿਮਾਗ ਫਿਰੇ ਦਾ ਵੇ ਭੈੜੀ ਤੇ ਬਾਲੀ ਆ ਮੈਨੂੰ ਪਤਾ ਮੈਨੂੰ ਬੜਾ ਕੁੱਟਦੀ ਰਹੀ ਆ ਨਾ ਪਤਾ ਹੈ ਨਾ ਤੈਨੂੰ ਪਤਾ ਤਾਂ ਹੈਗਾ ਮੈਨੂੰ ਤਾਂ ਇਹ ਤੇ ਕਹਿਣਾ ਚੱਲ ਕੋਈ ਗੱਲ ਨਹੀਂ ਕਰਦਾ ਮੈਂ ਹੱਲ ਮੈਂ ਮੇਰੇ ਪੁੱਤ ਨਾਲ ਵੀ ਕਰੂੰਗੀ ਗੱਲ ਹਾਂ ਉਹ ਬਾਪੂ ਨਾਲ ਕਰਨੀ ਗੱਲ ਨੀ ਕਿੰਨਾ ਟਾਈਮ ਹੋ ਗਿਆ ਹਲੇ ਤੱਕ ਤੇ ਚਾਹ ਨਹੀਂ ਬਣੀ ਹਾਂ ਦੇਖ ਬੇਬੇ ਧਰੀ ਤਾਂ ਪਈ ਆ ਧਰੀ ਤਾਂ ਪਈ ਆ ਹਾਂ ਦੇਖ ਟਾਈਮ ਬਾਅਦ ਧਰੀ ਹੋਣੀ ਫਿਰ ਮੈਂ ਕਹਿ ਕੇ ਸੀ ਉਹਦੀ ਰੱਖਣੀ ਸੀ ਉਹਦੀ ਤਾਂ ਧਰਤੀ ਸੀਗੀ ਧਰਤੀ ਸੀ ਕੰਮ ਚੋਰ ਕਿਸੇ ਥਾਂ ਦੀ ਨਾਲੇ ਨਾ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਮੈਨੂੰ ਸਵੇਰੇ 4:30 ਦੁੱਧ ਚ ਪੱਤੀ ਚਾਹੀਦੀ ਅੰਦਰ ਬੈਡ ਤੇ ਬੇਬੇ ਨੂੰ ਚਾਹ ਬਣਾ ਕੇ ਦੇ ਦਿਆ ਕਰ ਠੀਕ ਹੈ ਬੇਬੇ ਉਹਨੂੰ ਤਾਂ ਦੁੱਧ ਦੇਣਾ ਡਾਕਟਰ ਨੇ ਦੱਸਿਆਗਾ ਹੋਰ ਦੇਣਾ ਹੈ ਦੁੱਧ ਚਾਹ ਦੇ ਦਿਆ ਕਰੋ ਉਹਨੂੰ 4:30 ਮੈਨੂੰ ਚਾਹ ਦੇ ਕੇ 5 ਨੂੰ ਸਾਰੇ ਪਸ਼ੂ ਨੂੰ ਸੰਨੀ ਹੋਣੀ ਚਾਹੀਦੀ ਹੈ ਜਿਵੇਂ ਮੈਂ ਕਰਦੀ ਸੀ ਠੀਕ ਹੈ ਮੈਂ ਕਿਵੇਂ ਕਰੂੰ ਕੰਮ ਮੈਂ ਇੱਥੋਂ ਨਹੀਂ ਹੋਣਾ ਕੰਮ ਸਾਰਾ ਲੱਗੇ ਖਾ ਕੇ ਮੈਂ ਲੈਣੀ ਖਾਣਾ ਤਾਂ ਬੇਬੇ ਹੈਗੀ ਹੈ ਫਿਰ ਹੁਣ ਅੱਛਾ ਤੇ ਮੈਂ ਕਿਵੇਂ ਕਰਦੀ ਸੀ ਦੇਖ ਤੂੰ ਮੇਰੇ ਨਾਲ ਪਹਿਲਾਂ ਦੀ ਆਈ ਹੋਈ ਹੈ ਹਾਂ ਤੇ ਪਹਿਲਾਂ ਦੀ ਆਈ ਹਾਂ ਫਿਰ ਵੀ ਮੈਂ ਤੇਰੇ ਨਾਲ ਸੁੱਖਣਾ 17-18 ਸਾਲ ਵੱਡੀ ਹੋਊਂਗੀ ਮੈਂ ਤਾਂ ਨੀਰਾ ਨਹੀਂ ਪੈਂਦਾ ਬੇਬੇ ਚੰਨੀ ਨੂੰ ਕਹਿ ਦਿਓ ਪਾ ਦੇ ਚੁੱਪ ਨੀਰਾ ਤਾਂ ਪਾਣਾ ਪਊਗਾ ਸੁਣ ਗਿਆ ਤੈਨੂੰ ਨਾਲੇ ਛੰਪਾ ਚਲੇ ਕੱਢ ਇੱਥਾਂ ਦੇ ਉੱਤੇ ਪਸ਼ੂ ਦੇ ਮੂੰਹ 'ਚ ਜਾਣਗੇ ਇਹ ਤਾਂ ਬੇਬੇ ਨੇ ਪਾਇਆ ਸੀ ਮੈਨੂੰ ਤੈਨੂੰ ਮੈਂ ਇੱਕ ਵਾਰ ਕਹਿ ਦਿੰਦਾ ਲਾ ਕੇ ਬਰਾ ਜਿਵੇਂ ਉਂਗਲੀ ਨਾ ਵੱਢਣੀ ਪੈ ਜਾ ਤੇਰੀ ਬੇਬੇ ਉੱਤਰ ਦੇਣੇ ਹੈਗੇ ਉੱਤਰ ਦੇਣੇ ਉਂਗਲੀ ਵੱਢ ਦੇਣੀ ਹੈ ਲੈ ਚੱਕੂ ਦੱਸ ਨਾ ਦੇਖ ਆ ਤੂੰ ਜੀਵ ਕੱਢ ਐਵੇਂ ਪਸ਼ੂ ਦੇ ਮੂੰਹ 'ਚ ਜਾਊਗੀ ਸਮਝ ਆ ਗਈ ਕੰਮ ਤੈਨੂੰ ਤੇ 9 ਨੂੰ ਰੋਟੀ ਬਣਾ ਕੇ ਮੈਨੂੰ ਬੈੱਡ ਤੇ ਫੜਾ ਆਇਆ ਕਰੀ ਤੇ 12 ਨੂੰ ਨਾ ਮੇਰੇ ਕੱਪੜੇ ਧੋਤੇ ਹੋਣੇ ਚਾਹੀਦੇ ਨੇ ਠੀਕ ਹੈ ਬੇਬੇ ਤੇ ਨਾਲੇ ਆਪਦਾ ਬੇੜੇ 'ਚ ਬੱਠਾ ਕਰ ਕੁਰਲਾ ਲਾ ਕੇ ਆ ਏਸੀ ਜੇ ਛੱਡ ਲੈਣੀ ਅੰਦਰ ਆ ਕੇ ਗਰਮੀ ਹੈ ਇੰਨੀ ਬੇਬੇ ਕਿਧਰੇ ਨੀ ਮਰਨ ਲੱਗੀ ਤੂੰ ਗਰਮੀ ਨਾਲ ਲੈ ਲੈ ਸੀ ਰੰਗ ਜਿਹਾ ਬਦਲ ਗਏ ਬੇਬੇ ਨੇ ਕਾਹਦਾ ਪੰਗਾ ਕਰਤਾ ਨਾ ਜ਼ਮੀਨ ਜੀ ਕਰਕੇ ਸਾਰਿਆਂ ਨੂੰ ਸੂਲੀ ਤੇ ਟੰਗਦਾ ਜੇ ਨਹੀਂ ਹੁਕਮ ਮੰਨਦੇ ਤਾਂ ਮਰਦੇ ਆ ਚੱਲ ਦੇਖੀ ਜਾਊ 4 ਉੱਠ ਖੜਿਆ ਕਰੂੰਗੀ ਦਵਾਈ ਲੈ ਲੈਣੀ ਕੋਈ ਚੱਜ ਦੀ ਆ ਬੰਦ ਕਰਦਾ ਪਹਿਲਾਂ ਤਾਂ ਉੱਬਲ ਗਈ ਚਾਹ ਉਹਦੀ
हाथ मच गया। तू सन्नी करया झाड़ू मैं ला दूंगी। खड़ी की कर दी है के गाल लैनी है बेबे जानी है बेबे खड़ जा होना। नहीं मैं कहनी है जो थोड़ी ना गाल देगी नाले तो तू सन्नी रहा है नाले उन्हें चाह दे आ फिर गाल लेंगे तो बेबे जानी है तू कहां अपने टिकन दंदी चंगी रहेगी मना ला चाह कुट बेबे धरती है चाह बग जा फिर तू दी तो देगा जो मैं झूठ पाया होंगे जे आ गई ना एक दबका मारे ना चुरी आएगी सीधी चूल्हे कन्नी ले बैठे ने भी बेचारे इन्हां नूं कड़ा थोड़ी पाई ले पावा इन्हां नूं हुण नीरा खाल प्यौंती पई है किन्नी खाल प्यौंके गई है चरने पुत्तरे आ फेर करी होर कोई कम। हां बेबे आ गल सुन ला उन्हें कमल ने की कीती अज मेरे नाल की करता की करता की मैनू ताई के घरे के मैं जानी आ, ते फार्म भर दे उथे के भी इहदे आले की नाम दा हुण जिहड़ा हो हैगा ताई वीर बाब जाद यार हां सुन दे का दे आ ओ नहीं अखे ओ पाया करो 2000 महीना ओहो मोदी आले मोदी आले हां मैं तो भूल गई सी आपनु की लोड आ वधिया अपनी कबीलदारी सेट है सेट है जे हुण कोई आपन दो पैसे आउंदे नु कोई डर है के चल ले ला भाई मैं की कहना मेरे कोल होर की दवाई आ जा करे मेरी ता लैला की ओ आदी मैं जानी आ कि फट के नु फार्म फड़ ले ते मैनू कहंदी इत्थे बेबे साइन कर दे नाले मोदी आले कानू सी ओने तो ड्रामा होर ही करता मेरे नाल जमीन दे कागज सीगे ओ ते साइन करा ले जेड़ी मेरी जमीन दी मेरे नाते ओ ते साइन करा ले मैं इत्थों आप दे नां करा ली ओ मेरे तां हत्थी वरते जमा ओने आ देख तेरे लालच ने तेनू मरवायागा ना पुछे ना करे मगर लग गई चल ठीक है मेनू की पता थी इनी खोटी है कमला तो कमला हाँ वो हाँ नहीं आती गई तू आ के कीता का क्यों मैं की कीता अरे तू कीते नहीं का तेरी जमीन सी की तू आ दी मौल वाली माल मैं तो पूछा क्या मैं थानू की पूछना सी ਲੱਕ ਕਿ ਪੁੱਛਣਾ ਜੀ ਜੇ ਜ਼ਮੀਨ ਹੀ ਲਵਾਉਣੀ ਹੁੰਦੀ ਮੈਂ ਕਿੱਦੇ ਦਾ ਲਵਾ ਲੈਂਦਾ ਕਿਉਂ ਨਹੀਂ ਲਵਾਈ ਸੀ ਵੀ ਮੇਰੀ ਮਾਂ ਨੂੰ ਐ ਰਹੇ ਵੀ ਚਲ ਜ਼ਮੀਨ ਮੇਰੇ ਨਾਂ ਆ ਵੱਡੇ ਬੰਦੇ ਨੂੰ ਹੁੰਦੇ ਹੀ ਆ ਹੁਣ ਮੈਨੂੰ 50 ਵਾਰੀ ਕਹਿਤਾ ਹੁਣ ਮੈਂ ਤਾਂ ਉਹਨੂੰ ਕਿਤੇ ਕਿਹਾ ਨਹੀਂ ਮਾਂ ਕੋਈ ਗੱਲ ਨਹੀਂ ਤੇਰੇ ਨਾਂ ਹੋਈ ਕਿ ਮੇਰੇ ਨਾਂ ਹੋਈ ਤੂੰ ਆ ਹੋਰ ਕੱਢ ਮਾਰਿਆ ਉਹਦਾ ਦਿਲ ਨਹੀਂ ਟੁੱਟ ਜੂ ਗਾ ਨੂੰ ਅੱਛਾ ਤੇਰੀ ਮਾਂ ਦਾ ਦਿਲ ਟੁੱਟ ਜੂ ਠੀਕ ਹੈ ਤੇਰੀ ਮਾਂ ਨੇ ਕੋਈ ਘੱਟ ਗੁਜ਼ਾਰੀ ਹੈ ਮੇਰੇ ਨਾਲ ਕੀ ਕਹਿੰਦੀ ਕਿਸੇ ਨੂੰ ਉਹ ਮੇਰੇ ਅੱਗੇ ਤਾਂ ਮੇਰੀ ਨੂੰਹ ਚਮੜਾ ਕੇ ਰੱਖਦੀ ਕੋਈ ਨਹੀਂ ਕਹਿਣ ਦਿੰਦੀ ਸੀ ਮੈਨੂੰ ਕੋਈ ਸਾਸਾ ਮੈਂ ਫੇਰ ਵੀ ਕਿਸੇ ਨੂੰ ਕੋਈ ਨਹੀਂ ਜਬਰਾਉਂਦਾ ਹੁੰਦਾ ਸਭ ਬੰਦੇ ਆਪਦੇ ਅੰਦਰ ਜਿਹੇ ਤਾਂ ਬੰਦੇ ਦੀ ਅੰਦਰ ਕਹਿੰਦੇ ਕਰਤਾਰ ਹੁੰਦੇ ਨਾ ਉਹ ਬੋਲਦੇ ਹੁੰਦੇ ਉਹਦੇ ਕਰਤਾਰ ਹੀ ਇਹ ਅੰਦਰ ਉਹ ਬੋਲੀ ਜਾਂਦੇ ਹੁਣ ਮਾਤਾ ਨਹੀਂ ਉਹਨੂੰ ਐਂ ਕਹਿੰਦੀ ਜਾ ਕੇ ਤੂੰ ਐਂ ਕਰ ਤੇਰੀ ਮਾਂ ਨੇ ਨਾ ਮੇਰੇ ਸਾਰੇ ਅਧਿਕਾਰ ਖੋ ਰੱਖੇ ਸੀਗੇ ਉਹ ਤੇਰੇ ਉਹਨੇ ਅਧਿਕਾਰ ਕੀ ਖੋਲੇ ਹੋਰੀ ਮਾਰੀ ਜਾਂਦੀ ਹੈ ਹੋਰੀ ਕਾਹਨੂੰ ਮਾਰੀ ਨੇ ਲੈ ਖੋਹੇ ਨਹੀਂ ਮੇਰੇ ਅਧਿਕਾਰ मैनू पता हुण तू सस बन गई जे सस बन गई पहला मेरी मां भी सस सी उहने भी नवाए आ हुण सस वाले काम तू नवा इह तां 80 साल दी हो रही तेरी मां तां मरन दा नां ही नहीं हाए ओ रब्बा
ਹੁਣ ਉਹਨੂੰ ਤੂੰ ਮਾਰਨਾ ਕੱਲ ਨੂੰ ਹੁਣ ਚੱਲ ਮੇਰੀ ਮਾਤਾ ਮਰ ਜਾਊਗੀ ਤੇ ਕੱਲ ਨੂੰ ਤੂੰ ਤੇ ਕੱਲ ਨੂੰ ਦੂਜੀ ਵੀ ਉਹ ਵੀ ਐਂ ਕਹੂਗੀ ਵੀ ਛੇਤੀ ਤੂੰ ਮਰ ਜੇ ਜਦੋਂ ਆਪਦੇ ਤੇ ਪੈਂਦੀ ਉਦੋਂ ਪਤਾ ਲੱਗਦਾਗਾ ਤੇਰੀ ਸੋਚ ਗਲਤ ਆ ਗਈ ਜਿਹੜਾ ਕੁਛ ਕਹਿਣਾ ਕਹਿ ਲੈ ਹੁਣ ਮੈਂ ਤੈਨੂੰ ਇੱਕ ਗੱਲ ਕਹਿਣਾ ਦੇਖ ਤੂੰ ਕੁਛ ਵੀ ਗੱਲ ਹੈ ਜਿਹੜੀ ਆ ਜ਼ਮੀਨ ਆ ਨਾ ਮੋੜ ਕੇ ਮਾਂ ਦੇ ਨਾਲ ਲਵਾ ਦੇ ਮੈਂ ਨਹੀਂ ਲਵਾਉਂਦੀ ਮੈਂ ਤਾਂ ਹੁਣ ਆਈ ਰੋਹ ਜਵਾਉਂਗੀ ਤੇਰੀ ਹਿੰਡਾ ਹੁਣ ਇਹ ਹਾਂ ਮੇਰੀ ਹਿੰਡਾ ਠੀਕ ਆ ਫਿਰ ਤੇ ਇਸੇ ਗੱਲ ਤੇ ਤੂੰ ਹੁਣ ਇਹਨਾਂ ਨਾਲ ਰਲਨੇ ਕਿ ਮੇਰੇ ਨਾਲ ਰਲਨ ਨੂੰ ਇੱਥੇ ਵੋਟਾਂ ਨਹੀਂ ਪੈਂਦੀਆਂ ਵੀ ਪਾਰਟੀਆਂ ਬਣਦੀਆਂ ਇੱਥੇ ਮੈਂ ਜਿਹੜੀ ਗੱਲ ਕਹਿਣਾ ਉਹ ਕਹਿਣਾਗਾ ਮੇਰੀ ਮਾਂ ਨੇ ਪਾਲ ਪੋਸ ਕੇ ਮੈਨੂੰ ਏਡਾ ਕੀਤਾ ਅੱਛਾ ਤੇਰੇ ਲਈ ਉਹ ਸਾਰਾ ਕੁਝ ਹੋ ਗਏ ਮੈਂ ਕੁਝ ਨਹੀਂ ਜਿਹੜੀ ਤੇਰੇ ਨਾਲ ਬੈਠੇ ਹੀ ਆ ਜਿਹੜਾ ਮੇਰਾ ਕੰਮ ਆ ਉਹ ਕਰੂੰਗਾ ਮੈਂ ਮਤਲਬ ਇਹ ਤਾਂ ਨਹੀਂਗਾ ਉਹ ਤਾਂ ਖੋਲੋ ਵੱਡੇ ਤੋਂ ਵੱਡੇ ਦੇ ਚੌਧਰ ਮਾਰੋ ਆਪਣਾ ਕੰਮ ਕੀ ਹੁਣ ਮਾਂ ਦੀ ਸੇਵਾ ਕਰਕੇ ਆਪਾਂ ਨੂੰ ਪਾਲ ਪੋਸ ਕੇ ਮੈਨੂੰ ਵੱਡਾ ਕੀਤਾ ਇਹਦਾ ਮਤਲਬ ਇਹ ਨਹੀਂ ਸੇਵਾ ਕਰਤੀ ਸੀ ਮਾਂ ਦੀ ਤੇਰੀ ਦੀ ਤੇਰੀ ਮਾਂ ਨੇ ਮਜਬੂਰ ਕੀਤਾਗਾ ਜਦ ਅੱਗੇ ਮੇਰੀ ਨੂੰਹ ਨਾ ਆਪਦੇ ਪੱਖ ਚ ਕਰ ਲਿਆ ਮੈਂ ਨਹੀਂ ਜਰ ਸਕਦੀ ਕੋਈ ਨਹੀਂ ਕਿਸੇ ਨੂੰ ਕਰਦਾ ਨਹੀਂ ਕਰੀ ਤਾਂ ਹੈਗੀ ਹੈਗੀ ਉਹ ਤਾਂ ਐਂ ਕਹਿ ਦਿੰਦੀ ਆ ਕਹਿੰਦਾ ਭਾਈ ਬਹੂ ਆਈ ਵੀ ਨਵੇਂ ਹਿਸਾਬ ਨਾਲ ਕੰਮ ਕਰ ਲੈਂਦੇ ਨਾਲੇ ਤੂੰ ਕਰ ਲੈ ਹਲੇ ਨਵੀਂ ਹੋਈ ਆ 15 ਸਾਲ ਬਹੀ ਨੂੰ ਹੋ ਗਏ ਓਏ ਹੋਏ ਉਹ ਐਂ ਕਹਿੰਦੀ ਆ ਵੀ ਤੂੰ ਕਰ ਲਿਆ ਕਰ ਬਹੂਆਂ ਤਾਂ ਨਮਗੇ ਹੁੰਦੇ ਆਹੋ ਮੈਂ ਰੱਖੀ ਹੋਈ ਇਹਦਾ ਸੋਚਾ ਪੂਰਾ ਕਰਨ ਨੂੰ ਅੱਜ ਤਾਂ ਫਿਰ ਮੈਂ ਐਡਾ ਹੋ ਗਿਆ ਫਿਰ ਮੈਂ ਪ੍ਰਾਣਾ ਹੋ ਗਿਆ ਮਾਂ ਦਾ ਵੀ ਜੇ ਛੋਟਾ ਜਵਾਕ ਹੁੰਦਾ ਉਸੇ ਦੇ ਮੋਹ ਹੁੰਦਾ ਮਾਂ ਨੂੰ ਤੂੰ ਸਿੱਧਾ ਕਹ ਵੀ ਨੌਕਰਾਨੀ ਬਣਾ ਕੇ ਰੱਖਾਂ ਸੀ ਤੁਸੀਂ ਮੈਨੂੰ ਗੋਸਟਸ ਚਾ ਕੇ ਮੈਥੋਂ ਤੇਰੀ ਸੋਚ ਗਲਤ ਆ ਉਹਨੂੰ ਮੈਂ ਹੁਣ ਕੀ ਕਰਾਂ ਨੂੰ ਤਾਂ ਤੇਰੀ ਲੈਣੇ ਨਹੀਂ ਲੱਗਦੀ ਸੀ ਪਸ਼ੂਆਂ ਦੇ ਸਾਰਾ ਕੰਮ ਤੇ ਪਸ਼ੂਆਂ ਦਾ ਮੇਰੇ ਸਿਰ ਤੇ ਸੀ ਇੱਕ ਦੋ ਰੋਟੀਆਂ ਮਸਾ ਥੱਪਦੀ ਸੀ ਜਾ ਕੇ ਅੰਦਰ ਬੈੱਡ ਤੇ ਪੈ ਜਾਂਦੀ ਹੈ ਫਿਰ ਕੀ ਹੋ ਗਿਆ ਤੇਰੇ ਲਈ ਤਾਂ ਕੁਝ ਨਹੀਂ ਹੈ ਮੇਰੇ ਲਈ ਬਹੁਤ ਕੁਝ ਹੋ ਗਿਆ ਹੁਣ ਚੱਲ ਤੂੰ ਆਹੀ ਹੰਡੀ ਰੱਖੀ ਆਪਦੀ ਰੱਖੂੰਗੀ ਮੈਂ ਤਾਂ ਨੌਕਰ ਸਮਝ ਰੱਖਿਆ ਇਹਨਾਂ ਨੇ ਕੀ ਕਰਾਂ ਮੇਰੇ ਤਾਂ ਦਿਮਾਗ ਵੀ ਨਹੀਂ ਕੰਮ ਕਰਦਾ ਹੈਗਾ ਅਜੀ ਕਦੇ ਰੋਈ ਜਾਵਾਂ ਵੀ ਮੇਰੀ ਨੂੰਹ ਨੇ ਐਂ ਕਰਤਾ ਮੇਰੇ ਨਾਲ ਉਹ ਹੁਣ ਕੀ ਹੁੰਦਾ ਉਹ ਤਾਂ ਮੰਨਦੇ ਨਹੀਂ ਉਹ ਤਾਂ ਪੁੱਠੇ ਕੀ ਸਮਝ ਆ ਕੀ ਇੱਥੋਂ ਗਾਲਾਂ ਕਢਾਏਗਾ ਉਹਨੂੰ ਕਿਤੇ ਜੇ ਐਂ ਕਰ ਦਾਂਗਾ ਬੱਗੜ ਜੀ ਦੇ ਨਾ ਦੂਤ ਜੀ ਤਾਂ ਗਾਲੀ ਘੁੱਟ ਦੇ ਪੁੱਛਿਆ ਸੀ ਜਾ ਕੇ ਤੂੰ ਗੱਲ ਤੋਰੀ ਸੀ ਤੋਰੀ ਸੀ ਫਿਰ ਕੀ ਕਹਿੰਦੀ ਮੈਂ ਨਹੀਂ ਇਹ ਤਾਂ ਹੋਰ ਹੀ ਗੱਲਾਂ ਕਰਦੀ ਹੈ ਲਵਾ ਕੇ ਜੀ ਜ਼ਮੀਨਾਂ ਪਤਾ ਮੈਨੂੰ ਭੋਲੇ ਦੇ ਮੂੰਹ ਵਾਲੀ ਨੇ ਵੇਖ ਲਾ ਐਡੀ ਗੱਲ ਕਰਦੀ ਮੇਰੇ ਨਾਲ ਜਿਹੜਾ ਭੂਆ ਗੱਲੜ ਜੀ ਮੈਂ ਅੱਜ ਦਿਨ ਮੈਂ ਜੀ ਐਂ ਕਰਤਾ ਮੁੱਕੇ ਮਾਰੀ ਜਾਵਾਂ ਸੱਚੀ ਗੱਲ ਹੈ ਥਵਲੇ ਵਰਗੀ ਪਈ ਹੈ ਆਹ ਵਰਗੀ ਜੀ ਗੱਲਾਂ ਕਿਹੜੀਆਂ ਕਰ ਗਈ ਗੱਲਾਂ ਕਹੇ ਜਿਹੜੀਆਂ ਗੱਲ ਨਹੀਂ ਡਕਣ ਦਿੰਦੀ ਉਹਨੇ ਐ ਕਰਤਾ ਮੈਂ ਥੱਲੇ ਲੱਗੂ ਫਲਾਣਾ ਹੋਰ ਹੀ ਗੱਲਾਂ ਲੈ ਕੇ ਵੇ ਐ ਜੀ ਕਰਦਾ ਤਿੱਖਾ ਤਿੱਖਾ ਨਾ ਮੁਰੇ ਖੁੰਡਾ ਹੋਵੇ ਮੁਰੇ ਉਹ ਲੱਗੀ ਹੋਵੇ ਤੇ ਇੱਕ ਥਾਂ ਤੇ ਐ ਮਾਰੀ ਜਾ ਤੇ ਉਹਨੇ ਕੱਕੜੇ ਕਿਤੇ ਲੈ ਕੇ ਜਾਣੀ ਸੀ ਜ਼ਮੀਨ ਐ ਦੱਸ ਉਹੀ ਤਾਂ ਗੱਲ ਆ ਵੀ ਅੱਜ ਤੂੰ ਐ ਕਰਦੀ ਕੱਲ ਨੂੰ ਦੇਖ ਕੇ ਤੇ ਤੇਰੀ ਨੂੰ ਨਹੀਂ ਕਰੂਗੀ ਹਾਂ ਫਿਰ ਕਰੂਗੀ ਹਾਂ ਉਹ ਵੀ ਕਰੂਗੀ ਆਹੋ ਮੈਂ ਤਾਂ ਕਹਿੰਨੀ ਹੋਵੇ ਬਿੜੀ ਤਾਂ ਲੈਣੀ ਚਾਹੀਦੀ ਇਹਦੇ ਨਾਲ ਫਿਰ ਚੱਲ ਕੋਈ ਗੱਲ ਨਹੀਂ ਮੈਂ ਤਾਂ ਦੇਣੀ ਸੀ ਤੁਹਾਨੂੰ ਜ਼ਮੀਨ ਥੋੜੀ ਸੀ ਮੈਂ ਕੀ ਕਰਨੀ ਸੀ ਇੱਕ ਤਾਂ ਤੇ ਕੰਨੀ ਹੈ ਪੁੱਤ ਦੇ ਕੰਨ ਭਰਨਾ ਹਾਂ ਫਿਰ ਹੋਰ ਕੋਈ ਤਾਂ ਤੈਨੂੰ ਕੋਈ ਕੰਮ ਨਹੀਂ ਫਿਰ ਮੈਂ ਤਾਂ ਸੱਚੀ ਗੱਲ ਹੀ ਕਹਿਣੀ ਹੈ ਝੂਠ ਨਹੀਂ ਕਹਿੰਦੀ ਛੱਡ ਛੱਡ ਦੇ ਕੀ ਕੰਨ ਭਰਦੇ ਨੇ ਇਹ ਤਾਂ ਉਹ ਕਹਿੰਦੀ ਸੀਗੀ ਕਿ ਮੈਂ ਤੂੰ ਉਹ ਲਵਾ ਲੈਂਦੇ ਕਹਿੰਦੀ ਚੋਰੀ ਕਰਨੀ ਪਰ ਉਹ ਮੈਂ ਤੈਨੂੰ ਦੱਸਾਂ ਹੇਰਾ ਫੇਰੀ ਨਾ ਕਰਦੀ ਮੈਂ ਕਹਿੰਦਾ ਨਾ ਜੇ ਤੈਨੂੰ ਜ਼ਮੀਨ ਇੰਨੀ ਪਿਆਰੀ ਨਹੀਂ ਦੀ ਫਿਰ ਹੁਣ ਤੇਰੇ ਕਾਲਜ ਦੇ ਸੱਪ ਕੈਲੇਟ ਦੇ ਫਿਰਦੇ ਨੇ ਸੱਪ ਤਾਂ ਤੇਰੇ ਰੰਗ ਮਾਰੂਗਾ ਤੇਰੇ ਚੋਰੀ ਕਿਉਂ ਰੱਖੀ ਮੈਥੋਂ ਸੱਚੀ ਗੱਲ ਦੱਸਦੀ ਟੈਂਟਲੀ ਜੀ ਤੂੰ ਕਰ ਲੈ ਕੇ ਜਾ ਰਾ ਜੇ ਕਰਾਇਆ ਜਾਂਦਾ ਤੈਥੋਂ ਮੈਂ ਤੈਨੂੰ ਦੱਸਾਂ ਇਹ ਨਾ ਹੋਵੇ ਮੈਂ ਤੈਨੂੰ ਵੀ ਘਰੋਂ ਕੱਢਦਾ ਗੱਲ ਘੁੱਟ ਦੇ ਦਾ ਤੇ ਜ਼ਮੀਨ ਨੂੰ ਰੱਖ ਲੈ ਤੂੰ ਕਰਦੀ ਨਹੀਂ ਬੁੜੀਏ ਲੁੱਟੀ ਤੂੰ ਨਹੀਂ ਕਰਦੀ ਮੈਂ ਤਾਂ ਕਹਿੰਦਾ ਲੜ ਤੇ ਤੇਰੇ ਕਾਲਾ ਲਾਗ ਤੇਰੇ ਤੁਹਾਡੇ ਲੜੂਗਾ ਮੇਰੇ ਲੜੂ ਮੈਂ ਕੋਈ ਗਲਤੀ ਕਰਤੀ ਜੇ ਗਲਤੀ ਕਰੀ ਤਾਂ ਮੇਰੇ ਵੀ ਡੰਗ ਮਾਰੇ ਭਾਵੇਂ ਤਾਂ ਕੀ ਹੈ ਨਹੀਂ ਗੱਲ ਸੁਣ ਮੇਰੇ ਨਾ ਚਿੱਤ ਚੇਤੇ ਨਹੀਂ ਸੀ ਵੀ ਤੂੰ ਇਹੋ ਜਿਹੀ ਨਿਕਲੇਂਗੀ ਕਿਉਂ ਨਿਕਲਣਾ ਮੈਂ ਕੀ ਕਰਤੀ ਹੱਦ ਪਾਰ ਕਰਤੀ ਕਾਦੀ ਹੱਦ ਪਾਰ ਕਰਤੀ ਪਰੇ ਲੱਗ ਜਾ ਮੈਂ ਇਹਨੇ ਕੋ ਮੱਥਾ ਮਾਰਿਆ ਗੁਰਗੁਲੇ ਨਹੀਂ ਗੱਲਾਂ ਇਹਦੀਆਂ ਥੱਪੜ ਜੀ ਦਾ ਗੱਲ ਨਹੀਂ ਹੁੰਦੀ ਉਹ ਇਹ ਲਾ ਹੀ ਦਿੰਦਾ ਇੱਕ ਦੋ ਕਾਦੀਆਂ ਸੁਣ ਲੈ ਚੰਗਾ ਇੱਕ ਦੋ ਲਾ ਹੀ ਦਿੰਦਾ ਪਰ ਮੈਂ ਅੱਜ ਤਾਈਂ ਤਾਂ ਕਹਿ ਨਹੀਂ ਜੂਣ ਕਹਿਨੀ ਆ ਜੇ ਹੱਟ ਵਾਲਾ ਪੇੜਾ ਹੁੰਦਾ ਨਾ ਨੱਕ ਤਾਂ ਇਹਦਾ ਆਇਆ ਆਪਾਂ ਉਹਨੂੰ ਸ਼੍ਰੀ ਦੇਵੀ ਆਇਆ ਅੰਦਰ ਦੇਖੀ ਕੀ ਕਰੀ ਜਾਵੇ ਐ ਸਿਰ ਵੇ ਕਾਨੀ ਦਾ ਲੇਰ ਗਾਣਾ ਉਹਦਾ ਕਾਮਾ ਆ ਜਾ ਸਣੀ ਦੇਵ ਦਾ ਗਾਣਾ ਗਾਈ ਜਾਵੇ ਤੇ ਐਂ ਕਰਕੇ ਆ ਹੁਣ ਮੈਂ ਐਸ ਕਰਿਆ ਕਰੂੰਗਾ ਸਾਈਂ ਕੋ ਆਪ ਹੀ ਮਰੀ ਜਾਵੇ 4 ਕਿੱਲੇ ਆ ਗਏ ਹੱਥ ਚ ਹਾਂ ਵਧੀਆ ਐ ਗਾਣਾ ਲਾਈ ਸਣੀ ਦੇਵ ਤਾਂ ਐਡਾ ਮਸ਼ਹੂਰ ਆ ਵੀ ਤੂੰ ਵੀ ਦੱਸ ਕੀ ਰੀਸ ਕਰ ਲੇਂਗੀ ਦੇਖ ਲੈ ਹਾਂ ਤੇ ਉਹ ਕਰੀ ਜਾਵੇ ਤੂੰ ਮੇਰੇ ਕੋ ਇੱਕ ਦਿਨ ਆ ਜਾਵੇ ਸਣੀ ਦਿਓਲ ਮਤਲਬ ਜ਼ਮੀਨ ਦੇ ਲਾਲਚ ਚ ਹੋਰ ਹੀ ਸੋਣਾ ਤੇਰੇ ਕੋਲ ਗੱਲਾਂ ਕਰਨਾ ਹੋਰ ਹੀ ਕੁਝ ਬਣ ਗਈ ਦੇਖ ਲਾ ਤੇਰੇ ਕੋਲੇ ਆਊਗਾ ਹੁਣ ਹੋਰ ਉਹਨੂੰ ਕਾਹਨੂੰ ਉਹ ਤੀਵੀਆਂ ਮਰ ਗਿਆ ਉਹਨੂੰ ਹਾਂ ਕੋਈ ਨਹੀਂ ਨੂੰ ਤਾਂ ਗਾਹਾਂ ਮੇਰੀ ਪੋਤ ਨੂੰ ਵੀ ਹੈਗੀ ਹੈ ਜਿਵੇਂ ਇਹਨੇ ਕਰੀਏ ਮੇਰੇ ਨਾਲ ਨਾ ਕਰੂਗੀ ਉਹ ਵੀ ਉਹਦੇ ਨਾਲ ਆਈ ਦੇਖ ਲਈ ਤੂੰ ਜੈਸੀ ਕਰਨੀ ਵੈਸੀ ਕਰ ਲਾ ਇਹ ਯਾਦ ਕਰੂਗੀ ਮੇਰੇ ਬੋਸ ਨਹੀਂ ਹੋਇਆ ਸਾਰਾ ਮੇਰੀ ਨਰਵਾਈ ਦਾ ਫਾਇਦਾ ਉਠਾਇਆ ਮੈਂ ਬੋਲਦਾ ਨਹੀਂ ਹਜੇ ਮੈਨੂੰ ਇਹਦੀ ਗੁਜ਼ਾਰਾ ਕਰ ਲਾ ਵੀ ਹੁਣ ਤੱਕ ਮੈਂ ਗੁਜ਼ਾਰਾ ਕਰਦੀ ਆਇਆ ਮੈਂ ਕਿਹਾ ਕਿਸੇ ਨੇ ਬੋਲੇ ਚੰਗੀ ਨਹੀਂ ਕਹੀ ਮਾੜੀ ਨਹੀਂ ਕਹੀ ਆ ਅੱਜ ਕਿਹਾਗਾ ਅੱਜ ਵੀ ਬੋਲਣਾ ਪਿਆ ਵੀ ਚੱਲ ਤੇਰਾ ਕਰਕੇ
ਉਹ ਕਰ ਲਓ ਗੱਲ ਜੇ ਹੁੰਦੀ ਹੈ ਕੋਈ ਤੁਸੀਂ ਜੇ ਉਹਦੇ ਮੰਗ ਲੱਗਣਾ ਤੁਸੀਂ ਵੀ ਲੱਗ ਜਾਓ ਹੁਣ ਤਾਂ ਲਵਾ ਕੇ ਸਾਰੇ ਦਾ ਹੱਥ ਵੜਾ ਲੇ ਮੈਂ ਤਾਂ ਵੜਾ ਲਿਆ ਹੱਥ ਪੁੱਤ ਗੱਲ ਕਰਾਂ ਉਹਦੀ ਮਾਂ ਨਾਲ ਗੱਲ ਕੀ ਕਰਨੀ ਹੁਣ ਕੀ ਹੋ ਗਿਆ मैनू पता की कहंदी कहंदी आ खब्बी लत्त बढ़ दू मैं बाला बोली है जे ते उहनू कहंदी आपदी नूहनू कहंदी कहंदी जा के चुप करके चाह बना रहा इहदे कोल बैठी नहीं ना सारा दिन ਮਾੜਾ ਇੱਕ ਦਿਨ ਗੋਡਾ ਦੁੱਖ ਗਿਆ ਪਤਾ ਨਹੀਂ ਫੋਨ ਲਾਈ ਬੈਠੇ ਕਹਿੰਦੀ 3 ਲੱਖ ਲੱਗੂ 4 ਲੱਖ ਦੂਜੇ ਜਿਹੜੇ ਮਹਿੰਗੇ ਗੋਡੇ ਹੁੰਦੇ ਉਹ ਪਵਾ ਦੇ ਹੋਰ ਮਹਿੰਗੇ ਗੋਡੇ ਕਿਹੜੇ ਹੁੰਦੇ ਸਟੀਲ ਵਾਲੇ ਪਾਉਣ ਨੂੰ ਕਰੀ ਜਾਵੇ ਤੈਨੂੰ ਹੋਰ ਹੀ ਗੱਲਾਂ ਲੱਗਦੀਆਂ ਗੋਲਡਨ ਦੇ ਕਹਿੰਦੀ ਪਾਉਂਗੀ ਪਾਪੂ ਜਿਹੜੀ ਗੱਲ ਕਰਨ ਵਾਲੇ ਆ ਉਹ ਕਰੀਏ ਆਪਾਂ ਤੇ ਨਾ ਡਰਾਵਾ ਇਹ ਤੇ ਘਰ ਛੱਡ ਕੇ ਜਾਂਦੇ ਆ ਵੀ ਤੂੰ ਰਹਿ ਇਕੱਲੀ ਜੇ ਮੰਨ ਗਈ ਠੀਕ ਆ ਨਹੀਂ ਫਿਰ ਕਿਰਾਏ ਤੇ ਰਹਿ ਪਿਆ ਕਰਾਂਗੇ ਹੋਰ ਤੇ ਕੋਈ ਗੱਲ ਨਹੀਂ ਦੇਖ ਬਾਪੂ ਤੇ ਉਹ ਤੀਰ ਛੱਡ ਕੇ ਦੇ ਲੈਂਦੇ ਆ ਜੇ ਨਿਸ਼ਾਨਾ ਲੱਗਾ ਸਹੀ ਠੀਕ ਆ ਨਹੀਂ ਤੇ ਤੁੱਕਾ ਤਾਂ ਹੈਗਾ ਹੀ ਉਹ ਨਿਸ਼ਾਨਾ ਤਾਂ ਉਹਨੇ ਲਾਇਆ ਆਪਣੇ ਨਿਸ਼ਾਨੇ ਲੱਗਦੇ ਆਪਣੇ ਤਾਂ ਤੁੱਕੇ ਲੱਗਣਗੇ ਹੁਣ ਉਹਨੇ ਜਿਹਨੇ ਲਾਉਣਾ ਸੀ ਲਾ ਗਈ ਨਿਸ਼ਾਨਾ ਉਹ ਗੱਲਰ ਜੀ ਮੈਨੂੰ ਅੱਖ ਚੜੀ ਜਾਂਦਾ ਸਕੀਮ ਬੜੀ ਲਈ ਗੱਲਰ ਜੀ ਨੇ ਉਹ ਤਾਂ ਠੀਕ ਹੈ ਤੈਨੂੰ ਆਪ ਇਹਨੂੰ ਸਿਖਾਉਂਦਾ ਕਿਹੜਾ ਜਿਹੜਾ ਸਿਖਾਉਂਦਾ ਪਹਿਲਾਂ ਮੈਂ ਉਹਨੂੰ ਮਾਰਾਂ ਇਹਨੂੰ ਬਾਅਦ ਚ ਮਾਰਾਂ ਮੇਰੇ ਤਾਂ ਨਾ ਜਿਵੇਂ ਮਰੇ ਹੁੰਦਾ ਕੋਈ ਹੋਰ ਪੈਦਾ ਆਇਆ ਹੋਰ ਪਈ ਜਾਂਦੇ ਮੈਂ ਜਾਣੂ ਆ ਪਹਿਲੇ ਹਾਂ ਮੈਂ ਚੱਲ ਤੇ ਕਾਲ ਦੇ ਨਿਕਦਾ ਓਏ ਉਹਨੂੰ ਵੀ ਲੈ ਲੈ ਤੇਰੀ ਆਈ ਨੂੰ ਕਿੱਥੇ ਆ ਗਈ ਆਹੋ ਸਿਆਣੇ ਨੇ ਸੱਚ ਹੀ ਕਿਹਾ ਚੱਲੀਏ ਘਰ ਛੱਡ ਕੇ ਚੱਲ ਆਜੋ ਜੀ ਚਲੋ ਤੁਸੀਂ ਕਿੱਧਰ ਚੱਲੇ ਤੇ ਮੈਂ ਵੀ ਨਾਲ ਹੀ ਜਾਊਂਗਾ ਕਿਉਂ ਜਦੋਂ ਭਾਈ ਤੈਨੂੰ ਸਾਡੀ ਲੋੜ ਹੀ ਨਹੀਂ ਸਾਡਾ ਕੀ ਫਾਇਦਾ ਉੱਥੇ ਰਹਿਣ ਦਾ ਤੂੰ ਨਾਲ ਹੀ ਜਾਊਗਾ ਤੂੰ ਰਹੀ ਕੱਲੀ ਚੌੜੀ ਹੋਈ ਪੁੱਤ ਤੂੰ ਕਿੱਧਰ ਚੱਲੇ ਮੈਂ ਬੇਬੇ ਨਾਲ ਜਾਣਾ ਕਿ ਤੇ ਜਾਣਗੇ ਉੱਤੇ ਮੈਂ ਜਾਊਂਗਾ ਤੇਰੀ ਮਾਂ ਮੈਂ ਆ ਮੇਰੇ ਤੇ ਹੀ ਆ ਉੱਤੇ ਹੱਦ ਹੋ ਗਈ ਪੁੱਤ ਤੂੰ ਮੇਰੇ ਤੇ ਮੁੱਖ ਮੋੜੀ ਐਨੇ ਬੇਬੇ ਹੁਣ ਜਮੀਨ ਤੂੰ ਰੱਖ ਲੈ ਤੇਰੀ ਜਮੀਨ ਪਿਆਰੀ ਅਸੀਂ ਤੇਰੀ ਪਿਆਰੇ ਲੈ ਪੁੱਤ ਤੈਨੂੰ ਤਾਂ ਮੈਂ ਕਦੇ ਮੰਦਾ ਚੰਗਾ ਕਿਹਾ ਨਹੀਂ ਲੈ ਕੇ ਲੈ ਬੇਬੇ ਤੂੰ ਸਾਰਾ ਕੰਮ ਕਰਾਈ ਜਾਂਦੀ ਨੇ ਮੇਰੇ ਘਰ ਵਾਲੀ ਤੇ ਕੰਮ ਕਰਾਉਣੀ ਆ ਤੂੰ ਤੇ ਕੰਮ ਦਾ ਕੋਈ ਗੱਲ ਨਹੀਂ ਤੂੰ 4:30 ਵਜੇ ਉਠਾ ਲੈਣੀ ਆ ਕੋਈ ਟਾਈਮ ਹੈ 4:30 ਵਜੇ ਉੱਠਣ ਦਾ ਤੂੰ ਆਪਦੀ ਜ਼ਮੀਨ ਰੱਖ ਬਾਪੂ ਚੱਲ ਚੱਲੀ ਯਾਰ ਨਾ ਪਤਾ ਨਾ ਜੀ ਆਏ ਨਾ ਕਰੋ ਛੱਡ ਕੇ ਨਾ ਜਾਓ ਮੈਨੂੰ ਮੈਂ ਇਕੱਲੀ ਕੀ ਕਰੂੰਗੀ ਇੱਥੇ ਮੈਂ ਇੱਕ ਸ਼ਰਤ ਤੇ ਰੁਕ ਸਕਦਾ ਜਿਹੜੀ ਜ਼ਮੀਨ ਆ ਗਈ ਦੇਖ ਉਹ ਆਪਣੇ ਕੋਲ ਹੀ ਹੈ ਤੂੰ ਮਾਂ ਦੇ ਨਾਲ ਲਵਾ ਤੁਸੀਂ ਆਏ ਨਾ ਕਰੋ ਘਰ ਛੱਡ ਕੇ ਨਾ ਜਾਓ ਮੈਂ ਜ਼ਮੀਨ ਮਾਂ ਦੇ ਨਾਂ ਕਰ ਦਿੰਨੀ ਆ ਮੈਂ ਕਿਹੜਾ ਕੋਈ ਪੱਕੀ ਆਪਦੇ ਨਾਂ ਕਰਾਈ ਸੀ ਹਲੇ ਤਾਂ ਇੰਤਕਾਲ ਹੋਇਆ ਨਹੀਂ ਸੀ ਮੈਂ ਉਹ ਪਾੜ ਦਿੰਨੀ ਆ ਜੀ ਪੇਜ ਜੇ ਪਰ ਤੁਸੀਂ ਆਏ ਨਾ ਕਰੋ ਬੇਬੇ ਘਰ ਨਾ ਛੱਡ ਕੇ ਜਾਓ ਤੁਸੀਂ ਚਲ ਮਾਂ ਜਦੋਂ ਕਹਿੰਦੀ ਆ ਗਲਤੀ ਮੰਨਦੀ ਆ ਕੋਈ ਗੱਲ ਨਹੀਂ ਦੇਖ ਲਾ ਫੇਰ ਐ ਕਰੀ ਬੇਬੇ ਮੇਰੇ ਅੰਦਰ ਨਾ ਸੱਸ ਵਾਲੀ ਪ੍ਰਧਾਨਗੀ ਦਾ ਕੀ ਡਾਇਪਟ ਕੜਿਆ ਸੀ ਹੁਣ ਸਮਝ ਆ ਗਈ ਤੈਨੂੰ ਹਾਂ ਬੇਬੇ ਜਿਹੜਾ ਮੈਂ ਆਪਦੀ ਨੂੰਹ ਤੇ ਜਵਾਉਣਾ ਚਾਹੁੰਦੀ ਸੀ ਓਏ ਇਹ ਨੂੰਹ ਨਹੀਂ ਨੂੰਹ ਨੂੰ ਧੀਆਂ ਬਣਾ ਕੇ ਰੱਖਣਾ ਪੈਂਦਾਗਾ ਇਹ ਕਿਹੜਾ ਕੋਈ ਕਿਸੇ ਪਾਸੋਂ ਘੱਟ ਆ ਗਈ ਇਹਦਾ ਵੀ ਹੱਕ ਉਹਨੇ ਜਿੰਨਾ ਤੇਰਾਗਾ ਕੰਮ ਕਰਦੇ ਦੇ ਨਾਲ ਮਿਲ ਕੇ ਕਰਨਾ ਚਾਹੀਦਾ ਇਹ ਚੀਜ਼ਾਂ ਦਾ ਆਪਣੇ ਫਰਕ ਪੈ ਜਾਂਦੇ ਆ ਮੈਂ ਤਾਂ ਪੁੱਤ ਤੈਨੂੰ ਧੀ ਸਮਝਿਆ ਸੀ ਮੈਂ ਤਾਂ ਨੂੰਹ ਸਮਝਿਆ ਹੀ ਨਹੀਂ ਸੀ ਕਦੇ ਹਾਂ ਬੇਬੇ ਤੂੰ ਤਾਂ ਸਮਝਿਆ ਸੀ ਪਰ ਮੈਂ ਹੀ ਤੁਹਾਡੇ ਤੋਂ ਚਿੜ ਕਰਦੀ ਸੀ ਮਾਫ ਕਰ ਦੀ ਬੇਬੇ ਮੈਨੂੰ ਚਾ ਬੇਬੇ ਕਰ ਦੇ ਮਾਫ ਚੱਲ ਪਰੇ ਹੋਰ ਆ ਦੇਖ ਮੇਰੇ ਪੁੱਤ ਕਹਿ ਰਿਹਾ ਚੱਲ ਬੇਬੇ ਕਰ ਆ ਜਾ ਬੇਬੇ ਆ ਜੋ ਜੀ ਤੁਸੀਂ ਵੀ ਆ ਜਾ ਪੁੱਤ ਤੂੰ ਵੀ ਆ ਜਾ ਮੇਰਾ ਸਿਰ ਚਲੋ ਆ ਜਾ ਆ ਜਾ ਆ ਜਾ ਪੁੱਤ ਆ ਜਾ ਅੰਦਰ ਚੱਲ 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 ਜਾਓ ਚਲੋ ਚੱਲ ਚੱਲ ਅੰਦਰ ਚੱਲ ਪਾਪਾ ਇਹ ਚੱਲ ਬੰਦ ਚੱਲ ਪੀ ਪੜ ਗਈ ਇਹ ਸਕੀਮ ਕੰਮ ਜਾਪ ਹੋ ਗਈ ਹਨਾ ਹਾਂ ਉਹ ਵੀ ਮੇਰਾ ਰੱਖੇ ਆਪਾਂ ਜੀ ਰੋਣਾ ਮੈਂ ਤਾਂ ਡਿੱਕੀ ਜਾਂਦਾ ਸੀਗਾ ਮਾਂ ਕਿਤੇ ਨਾ ਹੀ ਆਵੇ ਮੈਂ ਤਾਂ ਚਿੱਤ ਜਾ ਗਾਉਂਦਾ ਸੀ ਮੈਂ ਕਿੱਥੇ ਜਾ ਕੇ ਰਹਾਂਗੇ